ਅੱਜ ਦਾ ਜੋ ਹਾਲਾਤ ਹੈ, ਖਾਲਸਾ ਜੀ ਦਾਸ ਨੂੰ ਹੁਕਮ ਹੋਇਆ ਸੀ ਕਿ ਕੁਝ ਸਮਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਉੱਤੇ ਵਿਚਾਰ ਕਰਨੀ, ਕਿਉਂਕਿ ਕਿਸੇ ਮਹਾਨ ਪੁਰਸ਼ ਦੀ ਅੰਤਮ ਨਿਸ਼ਾਨੀ ਉਸਦੇ ਵਿਚਾਰ ਹੁੰਦੇ ਹਨ। ਜਦੋਂ ਕਿਸੇ ਕੌਮ ਦੇ ਕੋਲ ਕਿਸੇ ਮਹਾਤਮਾ ਦੇ ਕਿਸੇ ਮਹਾਂਪੁਰਸ਼ ਦੇ ਵਿਚਾਰ ਹੋਣ, ਉਹ ਕੌਮ ਜਿਉਂਦੀ ਹੈ, ਉਹਦੇ ਤੋਂ ਮਾਰਗ ਦਰਸ਼ਨ ਲੈਂਦੀ ਹੈ, ਸੇਧ ਲੈਂਦੀ ਹੈ। ਜੇ ਕਿਸੇ ਮਹਾਨ ਪੁਰਸ਼ ਦੇ ਵਿਚਾਰ ਅਲੋਪ ਕਰ ਦਿੱਤੇ ਜਾਣ ਤੇ ਉਸ ਮਹਾਨ ਪੁਰਸ਼ ਦਾ ਅਸਤਿਤਵ ਵੀ ਖਤਮ ਹੋ ਜਾਇਆ ਕਰਦਾ ਹੈ। ਸਾਡੇ ਸਤਿਗੁਰਾਂ ਦੀ ਬਾਣੀ ਹੀ ਸਤਿਗੁਰਾਂ ਦਾ ਅਸਤਿਤਵ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਹੈ। ਉਹਨਾਂ ਦੇ ਕੋਲ ਬੰਗਾਲ ਦੇ ਮਹਾਨ ਵਿਦਵਾਨ ਰਵਿੰਦਰ ਨਾਥ ਟੈਗੋਰ ਆਇਆ ਕਰਦੇ ਸੀ। ਰਵਿੰਦਰ ਨਾਥ ਟੈਗੋਰ ਦੇ ਪਿਤਾ ਜੀ ਵੀ ਨਾਲ ਆਇਆ ਕਰਦੇ ਸਨ। ਸ੍ਰੀ ਅੰਮ੍ਰਿਤਸਰ ਇੱਕ ਮਹੀਨਾ ਰਹਿੰਦੇ ਸਨ ਔਰ ਰਵਿੰਦਰ ਨਾਥ ਟੈਗੋਰ ਦੇ ਪਿਤਾ ਜੀ ਸ੍ਰੀ ਦਰਬਾਰ ਸਾਹਿਬ ਕੀਰਤਨ ਸੁਣਿਆ ਕਰਦੇ ਸੀ ਰੋਜ਼ਾਨਾ। ਔਰ ਕੀਰਤਨ ਸੁਣਨ ਤੋਂ ਬਾਅਦ ਇੱਕ ਦਿਨ ਉਹਨਾਂ ਨੇ ਭਾਈ ਵੀਰ ਸਿੰਘ ਹੋਰਾਂ ਨੂੰ ਆਖਿਆ ਕਿ ਇਸ ਦੁਨੀਆਂ ਮੇ ਭਗਵਾਨ ਰਾਮ ਚੰਦਰ ਜੀ ਆਏ ਹੈ, ਉਹ ਚਲੇ ਗਏ ਹੈ। ਭਗਵਾਨ ਕ੍ਰਿਸ਼ਨ ਜੀ ਵੀ ਆਏ ਹੈ, ਉਹ ਵੀ ਚਲੇ ਗਏ। ਗੁਰੂ ਰਾਮਦਾਸ ਜੀ ਆਏ, ਉਹ ਨਹੀਂ ਗਏ। ਭਾਈ ਵੀਰ ਸਿੰਘ ਨੇ ਪੁੱਛਿਆ, ਠਾਕੁਰ ਜੀ, ਉਹਨਾਂ ਨੂੰ ਠਾਕੁਰ ਕਹਿੰਦੇ ਸਨ, ਤੁਸੀਂ ਕਿਸ ਆਧਾਰ ਤੇ ਇਹ ਗੱਲ ਕਹਿ ਰਹੇ ਹੋ? ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਇਸ ਗੱਲ ਦੇ ਆਧਾਰ ਤੇ ਗੱਲ ਕਹਿ ਰਿਹਾ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਜਾਈਦਾ ਹੈ, ਹਰਿਮੰਦਰ ਮੇਂ ਬੈਠਤੇ ਹੈ, ਤੋ ਹਰਿਮੰਦਰ ਮੇਂ ਜੋ ਕੀਰਤਨ ਹੋਤਾ ਹੈ, ਉਹ ਗੁਰੂ ਰਾਮਦਾਸ ਜੀ ਹੀ ਬੋਲ ਰਹੇ ਹੋਤੇ ਹੈ। ਉਨਕੀ ਬਾਣੀ ਜੋ ਹਮਾਰੇ ਪਾਸ ਮੌਜੂਦ ਹੈ, ਸੋ ਗੁਰੂ ਸਾਹਿਬ ਜੀ ਗਏ ਨਹੀਂ। ਭੱਟਾ ਨੇ ਲਿਖਿਆ ਨਾ, ਸੋ ਕੌਣ ਕਹੈ ਸ੍ਰੀ ਗੁਰਮੁਯੋ, ਕੌਣ ਕਹਿੰਦਾ ਗੁਰੂ ਜੀ ਚਲੇ ਗਏ? ਗੁਰੂ ਜੀ ਤੇ ਹਾਜ਼ਰ ਨਾਜ਼ਰ, ਕਿਸ ਤਰ੍ਹਾਂ? ਉਹਨਾਂ ਦੀ ਬਾਣੀ ਹਾਜ਼ਰ ਹੈ, ਪਰ ਉਸ ਬਾਣੀ ਨੂੰ ਅਸੀਂ ਪ੍ਰਚਾਰ ਨਹੀਂ ਸਕਦੇ, ਉਸ ਬਾਣੀ ਨੂੰ ਅਸੀਂ ਵਿਚਾਰ ਨਹੀਂ ਸਕੇ, ਉਸ ਬਾਣੀ ਨੂੰ ਅਸੀਂ ਪੜ੍ਹ ਨਹੀਂ ਸਕੇ, ਪੜ੍ਹਾ ਨਹੀਂ ਸਕੇ। ਜਿੰਨੀ ਉੱਚੀ ਪੱਧਰ ਤੇ ਗੁਰਬਾਣੀ ਦਾ ਪ੍ਰਚਾਰ ਕਰਨਾ ਸੀ ਉਹ ਨਹੀਂ ਹੋਇਆ, ਬਲਕਿ ਅੱਜ ਸਮਾਂ ਇਸ ਮੋੜ ਤੇ ਆ ਪਹੁੰਚਿਆ ਹੈ ਕਿ ਸਾਡੀ ਅਣਗਹਿਲੀ ਦਾ, ਸਾਡੀ ਢਿੱਲ ਦਾ ਫਾਇਦਾ ਕੁਝ ਵਿਰੋਧੀ ਲੋਕ ਉਠਾ ਕੇ ਦਸਮ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਪਰੰਤੂ ਕਰ ਰਹੇ ਨੇ। ਆ ਪੰਜਾਬ ਦੀ ਇੱਕ ਅਖਬਾਰ ਨਵੀਂ ਨਵੀਂ ਸ਼ੁਰੂ ਹੋਈ ਹੈ, ਜਿਹਨੂੰ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਖਾਰਜ ਕੀਤਾ ਗਿਆ, ਪਰ ਉਹ ਅਖਬਾਰ ਰੋਜ਼ਾਨਾ ਹੀ ਗੁਰੂ ਸਾਹਿਬਾਂ ਉੱਤੇ, ਗੁਰੂ ਇਤਿਹਾਸ ਉੱਤੇ, ਗੁਰਬਾਣੀ ਉੱਤੇ ਟੀਕਾ ਟਿੱਪਣੀ ਕਰ ਰਹੀ ਹੈ। ਖਾਸ ਕਰਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਉੱਤੇ ਐਸਾ ਮਾਰੂ ਹਮਲਾ ਕੀਤਾ ਜਾ ਰਿਹਾ ਹੈ, ਉਸ ਦਾ ਕਾਰਨ ਕੀ ਹੈ? ਸਾਧ ਸੰਗਤ ਜੀ, ਦਸ਼ਮੇਸ਼ ਪਿਤਾ ਦੀ ਬਾਣੀ
ਸਾਡੇ ਸਾਰੇ ਖਾਲਸੇ ਪੰਥ ਦੇ ਇਤਿਹਾਸ ਦੀ ਨੀਂਹ ਹੈ। ਜਿੰਨਾ ਵਿਰਸਾ ਸਿੱਖ ਇਤਿਹਾਸ ਦਾ ਹੈ, ਸ਼ਹੀਦੀਆਂ ਦਾ ਹੈ, ਕੁਰਬਾਨੀਆਂ ਦਾ ਹੈ, ਉਹਦੀ ਪਿੱਠ ਭੂਮੀ ਦਸਮ ਗ੍ਰੰਥ ਹੈ। ਦਸਮ ਗ੍ਰੰਥ ਪੜ੍ਹ ਕੇ ਚਿੜੀਆਂ ਨੇ ਬਾਜ ਮਾਰੇ ਹਨ, ਦਸਮ ਗ੍ਰੰਥ ਪੜ੍ਹ ਕੇ ਗਿੱਦੜਾਂ ਨੇ ਸ਼ੇਰ ਲਲਕਾਰੇ ਹਨ, ਦਸਮ ਗ੍ਰੰਥ ਪੜ੍ਹ ਕੇ ਕੱਲਾ ਕੱਲਾ ਸਿੱਖ ਸਵਾ ਸਵਾ ਲੱਖ ਨਾਲ ਲੜਿਆ ਹੈ। ਜਿਨ੍ਹਾਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਤਨਾ ਵੀਰ ਰਸ, ਕਿਤਨਾ ਜੋਸ਼ ਉਸ ਬਾਣੀ ਵਿੱਚ ਮਹਾਰਾਜ ਭਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਰਤ ਦੇ ਲੋਕਾਂ ਦੇ ਅੰਦਰ ਜੋ ਮਜ਼ਲੂਮੀ, ਜੋ ਬੇਅਣਖੀ, ਬੇਗੈਰਤੀ ਦੀ ਭਾਵਨਾ ਆ ਚੁੱਕੀ ਸੀ, ਉਸ ਨੂੰ ਦੂਰ ਕਰਨ ਵਾਸਤੇ ਇਸ ਬਾਣੀ ਦੀ ਰਚਨਾ ਕੀਤੀ। ਔਰ ਜਦੋਂ ਅੰਮ੍ਰਿਤ ਸੰਚਾਰ ਕੀਤਾ ਸਤਿਗੁਰਾਂ ਨੇ, ਸਰਬਲੋਹ ਦਾ ਬਾਟਾ, ਸਰਬਲੋਹ ਦਾ ਖੰਡਾ ਲੈ ਕੇ ਵੀਰਸ ਵਾਲੀ ਬਾਣੀ ਪੜ੍ਹੀ। ਮਹਾਨ ਵਿਦਵਾਨ ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ। ਇਹ ਭਾਈ ਰਤਨ ਸਿੰਘ ਭੰਗੂ ਕੌਣ ਸੀ? ਭਾਈ ਮਹਤਾਬ ਸਿੰਘ ਦਾ ਪੋਤਰਾ, ਜਿਸ ਮਹਤਾਬ ਸਿੰਘ ਨੇ ਮੱਸੇ ਰੰਗੜ ਨੂੰ ਮਾਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਬਿੱਦ ਵੀ ਰੋਕੀ ਹੈ। ਉਸ ਮਹਤਾਬ ਸਿੰਘ ਦਾ ਪੋਤਰਾ ਸੀ ਭਾਈ ਰਤਨ ਸਿੰਘ ਭੰਗੂ। ਉਸਨੇ ਸਿੱਖ ਇਤਿਹਾਸ ਦੀ ਮਹਾਨ ਪੁਸਤਕ ਪੰਥ ਪ੍ਰਕਾਸ਼ ਲਿਖੀ ਹੈ, ਕਿਉਂਕਿ ਸੰਨ 1803 ਵਿੱਚ ਅੰਗਰੇਜ਼ਾਂ ਨੇ ਦਿੱਲੀ ਦੇ ਵਿੱਚ ਕਬਜ਼ਾ ਕੀਤਾ। ਪਹਿਲਾਂ ਜਦੋਂ ਉਹ ਦਿੱਲੀ ਵਿੱਚ ਵੜੇ ਤੇ ਉਹਨਾਂ ਨੇ ਸ਼ਾਹ ਆਲਮ ਬਾਦਸ਼ਾਹ ਬਹਾਦਰ ਸ਼ਾਹ ਜਫਰ ਦਾ ਪਿਓ, ਉਹਦੇ ਕੋਲੋਂ ਪੁੱਛਿਆ ਵੀ ਇਹ ਜਿਹੜੇ ਉੱਤਰੀ ਭਾਰਤ ਉੱਤੇ ਦਾੜੀਆਂ ਵਾਲੇ, ਕੇਸਾਂ ਵਾਲੇ, ਦਸਤਾਰਾਂ ਵਾਲੇ, ਕਿਰਪਾਨਾਂ ਵਾਲੇ ਰਾਜ ਕਰਦੇ ਨੇ, ਇਹ ਕੌਣ ਨੇ? ਸ਼ਾਹ ਆਲਮ ਬਾਦਸ਼ਾਹ ਨੇ ਆਖਿਆ ਜੀ ਇਹ ਜਰੈਮ ਪੇਸ਼ਾ ਕੌਮ ਹੈ, ਇਹ ਲੁਟੇਰੇ ਨੇ, ਇਹ ਡਾਕੂ ਨੇ। ਅੰਗਰੇਜ਼ਾਂ ਨੇ ਉਹ ਗੱਲ ਲਿਖ ਲਈ, ਪਰ ਅੰਗਰੇਜ਼ ਕੋਈ ਵੀ ਗੱਲ ਸੁਣੀ ਸੁਣਾਈ ਨਹੀਂ ਸੀ ਮੰਨਿਆ ਕਰਦੇ, ਉਹ ਹਰ ਗੱਲ ਦੀ ਤਫਤੀਸ਼ ਕਰਦੇ ਸਨ। ਇਸ ਗੱਲ ਦੀ ਅਸਲੀਅਤ ਨੂੰ ਜਾਣਨ ਵਾਸਤੇ ਉਹਨਾਂ ਨੇ ਇੱਕ ਕੈਪਟਨ ਮਰੀ ਨਾਮ ਦਾ ਜਰਨੈਲ ਸੀ, ਲੁਧਿਆਣੇ ਰਹਿੰਦਾ ਸੀ, ਲੁਧਿਆਣਾ, ਅੰਬਾਲਾ ਤੇ ਕਰਨਾਲ ਤਿੰਨੇ ਜ਼ਿਲ੍ਹਿਆਂ ਦਾ ਇੱਕੋ ਹੀ ਡਿਪਟੀ ਕਮਿਸ਼ਨਰ ਸੀ ਕੈਪਟਨ ਮਰੀ। ਉਸਦੀ ਡਿਊਟੀ ਲਾਈ ਵੀ ਤੂੰ ਪਤਾ ਕਰਕੇ ਦੱਸ ਕਿ ਜਿਹੜੇ ਇਹ ਪੰਜਾਬ ਵਿੱਚ ਰਾਜ ਕਰਦੇ ਨੇ ਸਿੱਖ, ਇਹਨਾਂ ਦਾ ਅਸਲੀ ਇਤਿਹਾਸ ਕੀ ਹੈ, ਇਹਨਾਂ ਦੀ ਹਿਸਟਰੀ ਕੀ ਹੈ। ਤੇ ਸਾਧ ਸੰਗਤ ਜੀ, ਕੈਪਟਨ ਮਰੀ ਨੇ ਪੰਜਾਬ ਦੇ ਵਿੱਚ ਕਈ ਬੰਦਿਆਂ ਨੂੰ ਪੁੱਛਿਆ ਜਿਹੜੇ ਹਿਸਟਰੀ ਲਿਖਦੇ ਸਨ, ਇਤਿਹਾਸ ਲਿਖਦੇ ਸਨ, ਉਹਨਾਂ ਵਿੱਚੋਂ ਇੱਕ ਬੂਟੇ ਸ਼ਾਹ ਮੌਲਵੀ ਨੇ ਹਾਮੀ ਭਰ ਦਿੱਤੀ ਕਿ ਮੈਂ ਸਿੱਖਾਂ ਦਾ ਇਤਿਹਾਸ ਲਿਖ ਕੇ ਤੁਹਾਨੂੰ ਦਿਆਂਗਾ। ਬੂਟੇ ਸ਼ਾਹ ਮੌਲਵੀ ਇਤਿਹਾਸ ਲਿਖ ਰਿਹਾ ਸੀ ਕਿ ਭਾਈ ਰਤਨ ਸਿੰਘ ਜੀ ਕਿਸੇ ਕੰਮ ਲੁਧਿਆਣੇ ਚਲੇ ਗਏ। ਭਾਈ ਰਤਨ ਸਿੰਘ ਨੇ ਲੁਧਿਆਣੇ ਕਚਹਿਰੀ ਦੇ ਵਿੱਚ ਜਾ ਕੇ ਜਦੋਂ ਕੈਪਟਨ ਮਰੀ ਨਾਲ ਮੁਲਾਕਾਤ ਕੀਤੀ, ਕੈਪਟਨ ਮਰੀ ਨੇ ਦੱਸਿਆ ਕਿ ਸਰਦਾਰ ਜੀ, ਮੈਂ ਤੁਹਾਡਾ ਸਿੱਖਾਂ ਦਾ ਇਤਿਹਾਸ ਲਿਖਵਾ ਰਿਹਾ ਹਾਂ, ਔਰ ਜਿਸ ਦਿਨ ਇਹ ਕਿਤਾਬ ਲਿਖੀ ਜਾਏਗੀ ਉਸ ਦਿਨ ਇਸ ਕਿਤਾਬ ਨੂੰ ਇੰਗਲੈਂਡ ਮਹਾਰਾਣੀ ਦੇ ਕੋਲ ਭੇਜਿਆ ਜਾਏਗਾ।
ਤੁਹਾਡਾ ਇਤਿਹਾਸ ਪੂਰੀ ਦੁਨੀਆ 'ਚ ਭੇਜਿਆ ਜਾਏਗਾ। ਭਾਈ ਰਤਨ ਸਿੰਘ ਨੇ ਪੁੱਛਿਆ ਕੈਪਟਨ ਮਰੀ ਕੋਲੋਂ ਕਿ ਕੈਪਟਨ ਸਾਹਿਬ, ਜਿਹੜੀ ਕਿਤਾਬ ਤੁਸੀਂ ਸਾਡਾ ਇਤਿਹਾਸ ਲਿਖਵਾ ਰਹੇ ਹੋ ਸਿੱਖਾਂ ਦਾ, ਉਹ ਕੌਣ ਲਿਖ ਰਿਹਾ ਹੈ? ਕੈਪਟਨ ਮਰੀ ਕਹਿਣ ਲੱਗਾ, ਇੱਕ ਬੂਟੇ ਸ਼ਾਹ ਮੌਲਵੀ ਹੈ, ਉਹ ਤੁਹਾਡੀ ਹਿਸਟਰੀ ਲਿਖ ਰਿਹਾ ਹੈ ਔਰ ਉਹ ਤੁਹਾਡੀ ਹਿਸਟਰੀ ਇੰਗਲੈਂਡ ਭੇਜੀ ਜਾਣੀ ਹੈ। ਰਤਨ ਸਿੰਘ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ, ਕਹਿੰਦਾ ਮੇਰਾ ਮੱਥਾ ਠਣਕਿਆ, ਵਹ ਮੌਲਵੀ ਹੈ ਮੁਸਲਮਾਨ, ਕਬ ਸਿੰਘਨ ਜਸ ਕਰੈ ਬਖਾਨ। ਉਹ ਮੌਲਵੀ ਕਦੀ ਖਾਲਸੇ ਦੀ ਵਡਿਆਈ ਨਹੀਂ ਲਿਖ ਸਕਦਾ, ਕਦੀ ਖਾਲਸੇ ਦੀ ਤਾਰੀਫ ਨਹੀਂ ਲਿਖ ਸਕਦਾ, ਜ਼ਰੂਰ ਕਿਤੇ ਨਾ ਕਿਤੇ ਉਹ ਸਿੱਖਾਂ ਦੇ ਇਤਿਹਾਸ ਨੂੰ ਗਹਿਰੀ ਸੱਟ ਮਾਰੇਗਾ। ਕਹਿਣ ਲੱਗਾ, ਕੈਪਟਨ ਸਾਹਿਬ, ਇੰਗਲੈਂਡ ਭੇਜਣ ਤੋਂ ਪਹਿਲਾਂ ਕਿਤਾਬ ਮੈਨੂੰ ਜ਼ਰੂਰ ਦਿਖਾਇਆ ਜੇ, ਉਹ ਕਿਤਾਬ ਮੈਂ ਪੜ੍ਹਾਂਗਾ, ਫਿਰ ਇੰਗਲੈਂਡ ਭੇਜਿਆ ਜੇ। ਉਹ ਕਿਤਾਬ ਅਜੇ ਅੱਧੀ ਕੁ ਲਿਖੀ ਸੀ, ਕੈਪਟਨ ਮਰੀ ਨੇ ਉਸੇ ਦਿਨ ਹੀ ਮੰਗਵਾ ਲਈ। ਕਹਿਣ ਲੱਗਾ, ਆਹ ਵੇਖ ਲਓ ਸਰਦਾਰ ਜੀ, ਤੁਸੀਂ ਪੜ੍ਹ ਕੇ, ਫਾਰਸੀ ਦੇ ਵਿੱਚ ਕਿਤਾਬ ਲਿਖੀ ਸੀ, ਉਹਦਾ ਨਾਮ ਹੈ ਤਾਰੀਖ ਏ ਸਿੱਖਾਂ, ਸਿੱਖਾਂ ਦੀ ਤਵਾਰੀਖ। ਮੌਲਵੀ ਦੀ ਲਿਖੀ ਕਿਤਾਬ ਨੂੰ ਭਾਈ ਰਤਨ ਸਿੰਘ ਨੇ ਪੜ੍ਹਿਆ ਫਾਰਸੀ ਦੇ ਵਿੱਚ, ਉਹਨਾਂ ਨੇ ਸਿਰ ਫੇਰ ਦਿੱਤਾ। ਭਾਈ ਸਾਹਿਬ ਕਹਿੰਦੇ ਨੇ, ਇਨ ਗੱਲ ਸਿੰਘਨ ਕਹੀ ਨਾ ਸਾਰੀ, ਇਸ ਮੌਲਵੀ ਨੇ ਸਾਡਾ ਇਤਿਹਾਸ ਪੂਰਾ ਨਹੀਂ ਦੱਸਿਆ, ਇਹਨੇ ਸਾਡੇ ਬਹਾਦਰ ਸੂਰਬੀਰ ਯੋਧਿਆਂ ਦੀਆਂ ਸ਼ਹਾਦਤਾਂ ਨਹੀਂ ਦੱਸੀਆਂ, ਇਹਨੇ ਗੁਰੂ ਅਰਜਨ ਦੇਵ ਜੀ ਦੇ ਤੱਤੀ ਤਵੀ ਤੇ ਬਹਿ ਕੇ ਝੱਲੇ ਹੋਏ ਤਸੀਹਾਂ ਦਾ ਜ਼ਿਕਰ ਨਹੀਂ ਕੀਤਾ, ਇਹਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਂਦਨੀ ਚੌਂਕ ਦੀ ਸ਼ਹਾਦਤ ਦਾ ਜ਼ਿਕਰ ਨਹੀਂ ਕੀਤਾ, ਇਹਨੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੇ ਪਰਦਾ ਪਾਇਆ ਹੈ, ਇਹਨੇ ਖਾਲਸੇ ਦੇ ਇਤਿਹਾਸ ਨੂੰ ਸਹੀ ਢੰਗ ਨਾਲ ਨਹੀਂ ਦੱਸਿਆ। ਜਦੋਂ ਇਹ ਗੱਲ ਕਹੀ, ਉਹ ਮੌਲਵੀ ਕੈਪਟਨ ਮਰੀ ਕਹਿਣ ਲੱਗਾ, ਸਰਦਾਰ ਜੀ ਫਿਰ ਤੁਹਾਡਾ ਇਤਿਹਾਸ ਤੁਸੀਂ ਲਿਖ ਕੇ ਦਿਓ। ਭਾਈ ਰਤਨ ਸਿੰਘ ਨੇ ਉਸ ਕੈਪਟਨ ਮਰੀ ਅੰਗਰੇਜ਼ ਨੂੰ ਜੋ ਇਤਿਹਾਸ ਆਪਣੇ ਖਾਲਸੇ ਦਾ, ਆਪਣੇ ਬਜ਼ੁਰਗਾਂ ਦਾ, ਸਿੰਘਾਂ ਸ਼ਹੀਦਾਂ ਦਾ, 18ਵੀਂ ਸਦੀ ਦਾ ਇਤਿਹਾਸ ਸਾਰਾ ਲਿਖਵਾਇਆ, ਉਹ ਖਾਲਸੇ ਦਾ ਇਤਿਹਾਸ, ਉਸ ਗ੍ਰੰਥ ਦਾ ਨਾਮ ਬਣਿਆ ਸ੍ਰੀ ਗੁਰੂ ਪੰਥ ਪ੍ਰਕਾਸ਼। ਮਹਾਰਾਣੀ ਵਿਕਟੋਰੀਆ ਦੇ ਕੋਲ ਇੰਗਲੈਂਡ ਪਹੁੰਚਿਆ ਤੇ ਉੱਥੋਂ 360 ਜਿਹੜੀਆਂ ਵੱਡੀਆਂ ਲਾਇਬ੍ਰੇਰੀਆਂ ਸਨ ਦੁਨੀਆ ਦੀਆਂ, ਉਹਨਾਂ ਵਿੱਚ ਉਹ ਕਾਪੀਆਂ ਇਤਿਹਾਸ ਦੀਆਂ ਫਾਈਲਾਂ ਦੇ ਰੂਪ 'ਚ ਅਜੇ ਵੀ ਪਈਆਂ ਹਨ। ਅੰਗਰੇਜ਼ ਪੜ੍ਹਦੇ ਹਨ, ਦੂਸਰੀਆਂ ਕੌਮਾਂ ਦੇ ਵਿਦਵਾਨ ਪੜ੍ਹਦੇ ਹਨ, ਅਫਸੋਸ ਹੈ ਸਾਡੇ ਸਿੱਖ ਨਹੀਂ ਪੜ੍ਹਦੇ। ਆਪਣੇ ਬਜ਼ੁਰਗਾਂ ਦਾ, ਮਹਾਨ ਸ਼ਹੀਦਾਂ ਦਾ ਔਰ ਭਾਈ ਮਹਤਾਬ ਸਿੰਘ ਦੇ ਪੋਤਰੇ ਦੇ ਹੱਥ ਦਾ ਲਿਖਿਆ ਇਤਿਹਾਸ ਪੰਥ ਪ੍ਰਕਾਸ਼, ਸਾਨੂੰ ਨਹੀਂ ਪਤਾ ਕਿ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਘਾਲਣਾ ਘਾਲੀਆਂ, ਸਾਡੇ ਬਾਰੇ ਲਿਖਿਆ, ਸਾਨੂੰ ਸੁਚੇਤ ਕਰਨ ਲਈ, ਸਾਨੂੰ ਜਗਾਉਣ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਕੋਈ ਪਤਾ ਨਹੀਂ। ਉਹ ਸਾਡੀ ਅਣਗਹਿਲੀ ਦਾ, ਸਾਡੇ ਅਣਜਾਣ ਪੁਣੇ ਦਾ ਫਾਇਦਾ ਕੁਝ ਲੋਕ ਉਠਾ ਕੇ ਕਿੰਤੂ ਪਰੰਤੂ ਕਰ ਰਹੇ ਨੇ ਗੁਰੂ ਕੀ ਬਾਣੀ ਉੱਤੇ। ਮੈਂ ਅਰਜ ਕਰ ਰਿਹਾ ਸੀ, ਜਦੋਂ ਮਹਾਰਾਜ 10ਵੇਂ ਪਾਤਸ਼ਾਹ ਅਮਰ ਛਕਾਉਣ ਲੱਗੇ, ਬਾਟੇ ਤੇ ਬਾਣੀ ਪੜ ਰਹੇ ਨੇ ਤੇ ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਵਿੱਚ ਲਿਖਦਾ ਹੈ, ਤੇਜ ਤੇਜ ਜੋ ਚੰਡੀ ਬਾਣੀ, ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ। ਚੰਡੀ ਬਾਣੀ ਜੋਸ਼ ਵਾਲੀ ਬਾਣੀ। ਆ ਜਾਪ ਸਾਹਿਬ ਪੜ੍ਹਦੇ ਆ, ਕਦੀ ਛੰਦਾਂ ਦੀ ਚਾਲ ਨਾਲ ਪੜ੍ਹੋ ਜਾਪ ਸਾਹਿਬ, ਕਿਤਨਾ ਕਮਾਲ ਹੈ। ਨਮੋ ਸ਼ਸਤਰ ਪਾਣੇ, ਨਮਸਕਾਰ ਹੈ ਵਾਹਿਗੁਰੂ ਤੈਨੂੰ, ਤੂੰ ਸ਼ਸਤਰ ਧਾਰੀ ਹੈ।
ਸਾਧ ਸੰਗਤ ਜੀ, ਸ਼ਸਤਰਾਂ ਦੀ ਸ਼ਕਤੀ ਨੂੰ ਪਹਿਲੀ ਸਰਵੋਤਮ ਸ਼ਕਤੀ ਮੰਨਿਆ ਗਿਆ ਹੈ। ਇਸੇ ਕਰਕੇ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਲੱਗੇ ਨੇ, ਹਿੰਦੂਆਂ ਦੇ ਮੰਦਰਾਂ ਵਿੱਚ ਵੀ ਨਿਸ਼ਾਨ ਲੱਗੇ ਨੇ, ਮੁਸਲਮਾਨਾਂ ਦੀਆਂ ਮਸੀਤਾਂ ਵਿੱਚ ਵੀ ਨਿਸ਼ਾਨ ਹਰੇ ਰੰਗ ਦੇ ਹੈਦਰੀ ਝੰਡੇ ਲੱਗੇ ਨੇ, ਈਸਾਈਆਂ ਦੇ ਗਿਰਜੇ ਵਿੱਚ ਵੀ ਝੰਡਾ ਲੱਗਾ ਹੈ। ਸਾਧ ਸੰਗਤ ਜੀ, ਹਰ ਧਰਮ ਦੇ ਕੋਲ, ਹਰ ਦੇਸ਼ ਦੇ ਕੋਲ, ਹਰ ਕੌਮ ਦੇ ਕੋਲ ਝੰਡਾ ਹੈ, ਪਰ ਐਸੀ ਕੌਮ ਕੋਈ ਨਹੀਂ ਜਿਸ ਕੌਮ ਦੇ ਝੰਡੇ ਤੇ ਖੰਡਾ ਹੋਵੇ। ਦੱਸੋ, ਇੱਕ ਖਾਲਸੇ ਤੋਂ ਇਲਾਵਾ ਕਿਸੇ ਕੌਮ ਦੇ ਝੰਡੇ ਤੇ ਖੰਡਾ ਨਹੀਂ, ਖਾਲਸੇ ਦੇ ਨਿਸ਼ਾਨ ਸਾਹਿਬ ਤੇ ਖੰਡਾ ਹੈ। ਕਦੀ ਵਿਚਾਰ ਕੀਤੀ ਹੈ ਵੀ ਸਾਡੇ ਕੋਲ ਹੀ ਖੰਡਾ ਕਿਉਂ ਹੈ, ਦੂਜਿਆਂ ਕੋਲ ਕਿਉਂ ਨਹੀਂ? ਕਿਉਂਕਿ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰਿਆ ਤੀਰ ਸਾਹਿਬ ਸਰੋਹੀ ਸਹਿਤੀ ਜਹ ਹਮਾਰੇ ਪੀਰ। ਜਿਤੇ ਸ਼ਸਤਰ ਨਾਮੰਗ, ਜਿੰਨੇ ਸ਼ਸਤਰ ਹਨ, ਨਮਸਕਾਰ ਤਾਮੰਗ, ਉਹਨਾਂ ਨੂੰ ਮੇਰੀ ਨਮਸਕਾਰ ਹੈ। ਬਾਦਸ਼ਾਹ ਬਹਾਦਰ ਸ਼ਾਹ ਨੇ ਆਗਰੇ ਭਰੇ ਦਰਬਾਰ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ, ਗੁਰੂ ਜੀ, ਤੁਸੀਂ ਜ਼ਿੰਦਗੀ ਦੇ ਬੜੇ ਤਜਰਬੇ ਕੀਤੇ ਨੇ, ਤੁਸੀਂ ਬੜੇ ਮਹਾਂਪੁਰਸ਼ ਹੋ, ਮੈਂ ਸੁਣਿਆ ਵੀ ਕੋਈ ਕਰਾਮਾਤ ਹੁੰਦੀ ਹੈ, ਤੁਸੀਂ ਦੱਸੋ ਵੀ ਕਰਾਮਾਤ ਕਿਹੋ ਜਿਹੀ ਹੁੰਦੀ ਹੈ ਤੇ ਕਰਾਮਾਤ ਕੀ ਹੁੰਦੀ ਹੈ? ਹਜ਼ੂਰ ਦਸਵੇਂ ਪਾਤਸ਼ਾਹ ਸੁਣ ਕੇ ਆਪਣੀ ਜੇਬ ਚ ਹੱਥ ਪਾਇਆ ਤੇ ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢ ਕੇ ਕਹਿਣ ਲੱਗੇ, ਬਾਦਸ਼ਾਹ ਆਹ ਕਰਾਮਾਤ ਹੁੰਦੀ ਹੈ, ਪੈਸਾ, ਧਨ ਦੌਲਤ ਕਰਾਮਾਤ ਹੈ। ਜਿਹਦੇ ਕੋਲ ਪੈਸਾ ਹੈ, ਪੈਸੇ ਦੀ ਚਮਕ ਨਾਲ ਕੁਝ ਵੀ ਕਰ ਲੈਂਦਾ ਹੈ। ਕਹਿੰਦਾ, ਗੁਰੂ ਜੀ, ਇਸ ਕਰਾਮਾਤ ਦਾ ਮੈਨੂੰ ਪਤਾ ਹੈ, ਕਈ ਚੀਜ਼ਾਂ ਐਸੀਆਂ ਨੇ ਜਿਹਦਾ ਸਾਨੂੰ ਪਤਾ ਹੁੰਦਾ ਪਰ ਖਿਆਲ ਨਹੀਂ ਆਉਂਦਾ। ਹੁਣ ਪੈਸੇ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਪੈਸੇ ਦੀ ਕਰਾਮਾਤ ਕੀ ਹੈ ਇਹਦਾ ਖਿਆਲ ਕਦੀ ਕਦੀ ਆਉਂਦਾ। ਜਦੋਂ ਜੇਬ ਖਾਲੀ ਹੋਵੇ ਉਦੋਂ ਪਤਾ ਲੱਗਦਾ ਵੀ ਪੈਸੇ ਦੀ ਕੀ ਅਹਿਮੀਅਤ ਹੈ। ਜਦੋਂ ਪੈਸਾ ਕੋਲ ਨਾ ਹੋਵੇ ਉਦੋਂ ਬੰਦਾ 10 ਰੁਪਈਏ ਵਾਸਤੇ ਵੀ ਇੰਨਾ ਕੁਝ ਅੰਦਰ ਪਿਆ ਤੇ ਬਾਹਰ ਲੋਹੇ ਦਾ ਤਾਲਾ ਕਿਉਂ ਲਾਇਆ? ਤੇ ਜਵਾਬ ਇਹ ਆ ਵੀ ਅੰਦਰਲੀਆਂ ਪਈਆਂ ਚੀਜ਼ਾਂ ਨੂੰ ਬਚਾਉਣ ਵਾਸਤੇ ਬਾਹਰ ਲੋਹੇ ਦਾ ਤਾਲਾ ਲਾਇਆ। ਅੰਦਰ ਪਈਆਂ ਚੀਜ਼ਾਂ ਨੂੰ ਸਾਂਭਣ ਵਾਸਤੇ ਕੁੱਤਾ ਰਾਖੀ ਲਈ ਰੱਖਿਆ। ਕਹਿੰਦੇ, ਬਾਗ ਦੇ ਵਿੱਚ ਅਮਰੂਦ ਲੱਗੇ ਨੇ, ਸੇਬ ਲੱਗੇ ਨੇ, ਸੰਤਰੇ ਲੱਗੇ ਨੇ, ਬਾਗ ਵਿੱਚ ਬੜੇ ਬੜੇ ਸੋਹਣੇ ਫਲ ਲੱਗੇ ਨੇ, ਪਰ ਬਾਗ ਦੇ ਆਲੇ ਦੁਆਲੇ ਕਿੱਕਰ ਕਿਉਂ ਲਾਏ ਹੋਏ ਨੇ? ਕਹਿੰਦੇ, ਕਿੱਕਰ ਆਸ ਪਾਸ ਜਿਉਂ ਬਾਗ ਹੈ। ਭਾਈ ਗੁਰਦਾਸ ਦੀ ਬਾਣੀ ਕਹਿੰਦੇ, ਉਹ ਕਿਉਂ ਹੈ ਬਾਗ ਦੇ ਆਲੇ ਦੁਆਲੇ ਕਿੱਕਰ? ਇਸ ਕਰਕੇ ਕਿ ਕੋਈ ਅਵਾਰਾ ਪਸ਼ੂ ਇਸ ਵਾੜ ਨੂੰ ਟੱਪ ਕੇ ਕਿਤੇ ਅੰਦਰ ਨਾ ਜਾ ਵੜੇ ਤੇ ਬਾਗ ਦੇ ਫਲਾਂ ਦਾ ਨੁਕਸਾਨ ਨਾ ਕਰ ਦੇਵੇ, ਕਿੱਕਰ ਦੀ ਵਾੜ ਕੀਤੀ ਹੋਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਸਾ ਖਾਲਸਾ ਸਾਜਿਆ, ਐਸੀ ਫੌਜ ਬਣਾਈ, ਐਸੀ ਬਾਣੀ ਦਿੱਤੀ, ਐਸੀ ਸ਼ਕਤੀ ਭਰੀ
ਕਿ ਉਸ ਬਾਣੀ ਨੂੰ ਪੜ੍ਹ ਕੇ ਜੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸੀ ਉਹਨੂੰ ਸਾਂਭਣ ਵਾਲੇ ਪੈਦਾ ਹੋ ਗਏ, ਉਹਦੀ ਰਾਖੀ ਕਰਨ ਵਾਲੇ ਪੈਦਾ ਹੋ ਗਏ। ਤੇ ਦਸਮ ਗ੍ਰੰਥ ਦਾ ਅੱਜ ਤੱਕ ਦਾ ਜੋ ਮਹੱਤਵ ਹੈ, ਜੇ ਉਸ ਦੇ ਉੱਤੇ ਚਾਨਣਾ ਪਾਇਆ ਜਾਵੇ, ਸਮਾਂ ਬਹੁਤ ਲੱਗਦਾ ਹੈ ਸਾਧ ਸੰਗਤ ਜੀ। ਕਿਸੇ ਪ੍ਰਾਚੀਨ ਸਿੰਘ ਨੇ ਦਸਮ ਗ੍ਰੰਥ ਤੇ ਕਿੰਤੂ ਨਹੀਂ ਕੀਤਾ। ਸਾਡੇ ਕੋਲ ਤਿੰਨ ਤਰ੍ਹਾਂ ਦੇ ਵਿਅਕਤੀ, ਤਿੰਨ ਤਰ੍ਹਾਂ ਦੇ ਮਹਾਂਪੁਰਸ਼, ਤਿੰਨ ਤਰ੍ਹਾਂ ਦੇ ਲੋਕ ਹਨ। ਇੱਕ ਤਾਂ ਸਾਡੇ ਜਰਨੈਲ ਹਨ, ਫੌਜੀ ਜਰਨੈਲ। ਕਿਹੜੇ ਕਿਹੜੇ? ਬਾਬਾ ਬੰਦਾ ਸਿੰਘ ਬਹਾਦਰ, ਇਹ ਨਾਂ ਤੁਸੀਂ ਗਿਣੀ ਜਾਇਆ ਜੇ, ਯਾਦ ਰੱਖਿਆ ਜੇ, ਜਿਹੜੇ ਦਸਮ ਗ੍ਰੰਥ ਤੇ ਕਿੰਤੂ ਕਰਦੇ ਨੇ ਉਹਨਾਂ ਨੂੰ ਪੁੱਛਿਆ ਜੇ। ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤੱਕ, ਸਾਡੀ ਫੌਜ ਦੇ ਲੜਾਕੇ ਜਰਨੈਲ ਹੋਏ ਨੇ ਇਹਨਾਂ ਵਿੱਚੋਂ, ਅਤੇ ਹੋਰ ਸਾਰੇ ਜਰਨੈਲਾਂ ਵਿੱਚੋਂ ਕਿਸੇ ਜਰਨੈਲ ਨੇ ਦਸਮ ਗ੍ਰੰਥ ਤੇ ਕਿੰਤੂ ਕੀਤਾ? ਅੱਜ ਇੰਡੀਆ ਦੀ ਪੂਰੀ ਭਾਰਤੀ ਫੌਜ ਦਾ ਜਰਨੈਲ ਜਿਹੜਾ ਜੇ ਜੇ ਸਿੰਘ ਸਰਦਾਰ ਹੈ, ਤੇ ਤੁਸੀਂ ਉਹਨੂੰ ਜਾ ਕੇ ਪੁੱਛੋ ਵੀ ਅੱਜ ਜਦੋਂ ਇੰਡੀਆ ਫੌਜ ਦੇ ਵਿੱਚ ਪ੍ਰੇਅਰ ਹੁੰਦੀ ਹੈ, ਸਿੱਖ ਰੈਜੀਮੈਂਟ ਵਿੱਚ ਪ੍ਰੇਅਰ ਹੁੰਦੀ ਹੈ, ਉਸ ਵੇਲੇ ਕਿਹੜੀ ਬਾਣੀ ਪੜ੍ਹੀ ਜਾਂਦੀ ਹੈ? ਉਸ ਵੇਲੇ ਦਸਮ ਗ੍ਰੰਥ ਦੀ ਬਾਣੀ ਪੜ੍ਹੀ ਜਾਂਦੀ ਹੈ, ਦੇ ਸ਼ਿਵਾ ਵਰ ਮੋਹਿ ਇਹ ਸੁਭ ਕਰਮਨ ਤੇ, ਕਨਹੂ ਨਾ ਟਰੋ ਨਾ ਟਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਫੌਜਾਂ ਜੰਗ ਨੂੰ ਚੜ੍ਹਦੀਆਂ ਨੇ ਅੱਜ ਵੀ, ਤੇ 300 ਸਾਲ ਤੋਂ ਸਾਡੇ ਜਰਨੈਲ ਸਾਰੇ ਹੀ ਦਸਮ ਦੀ ਬਾਣੀ ਤੇ ਸ਼ਰਧਾ ਰੱਖਦੇ ਰਹੇ ਨੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਪਟਿਆਲਾ ਯੂਨੀਵਰਸਿਟੀ ਵਿੱਚ ਕੁਝ ਪ੍ਰੋਫੈਸਰਾਂ ਨੇ ਸਵਾਲ ਕਰਕੇ ਪੁੱਛਿਆ ਕਿ ਸੰਤ ਜੀ, ਦਸਮ ਗ੍ਰੰਥ ਬਾਰੇ ਤੁਸੀਂ ਦੱਸੋ, ਕੀ ਤੁਹਾਡਾ ਵਿਚਾਰ ਹੈ? ਤੇ ਸੰਤਾਂ ਨੇ ਆਖਿਆ ਸੀ ਕਿ ਦਸਮ ਗ੍ਰੰਥ ਦਾ ਤੇ ਖਾਲਸੇ ਪੰਥ ਦਾ ਡੂੰਘਾ ਰਿਸ਼ਤਾ ਹੈ, ਨੋਹ ਤੇ ਮਾਸ ਤੋਂ ਵੀ ਵੱਧ ਕੇ, ਕਿਉਂਕਿ ਖਾਲਸਾ ਪੈਦਾ ਹੀ ਦਸਮ ਦੀ ਬਾਣੀ ਚ ਹੁੰਦਾ ਹੈ, ਵੀਰ ਰਸ ਨਾਲ ਯੋਧਾ ਬਣਦਾ। ਤੇ ਇੱਕ ਗੱਲ ਅੱਗੇ ਕਹਿੰਦੇ, ਹਾਂ ਇੱਕ ਗੱਲ ਹੋਰ, ਏਦਾਂ ਜੋ ਉਹਨਾਂ ਦੀ ਵਰਡਿੰਗ ਸੀ, ਜੋ ਉਹਨਾਂ ਦੇ ਮੂੰਹ ਤੋਂ ਬਚਨ ਨਿਕਲੇ, ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ। ਸੰਤ ਕਹਿਣ ਲੱਗੇ, ਕਹਿੰਦੇ ਇੱਕ ਗੱਲ ਹੋਰ, ਸੂਰਬੀਰ ਧਰਮੀ ਯੋਧਿਆਂ ਦੇ ਇਸ ਗ੍ਰੰਥ ਦੀ ਰਮਜ ਨੂੰ ਕਾਇਰ ਨਹੀਂ ਸਮਝ ਸਕਦੇ। ਇਹ ਗੱਲ ਸੰਤਾਂ ਨੇ ਕਹੀ ਸੀ, ਯੋਧਿਆਂ ਦਾ ਗ੍ਰੰਥ ਹੈ, ਯੋਧੇ ਸਮਝ ਸਕਦੇ ਨੇ, ਕਾਇਰ ਨਹੀਂ ਸਮਝ ਸਕਦੇ। ਤੇ ਸਾਧ ਸੰਗਤ ਜੀ, ਦੂਸਰੇ ਇੱਕ ਤਾਂ ਹੋ ਗਏ ਜਰਨੈਲ, ਫੌਜੀ ਜਰਨੈਲ, ਜਿਹੜੇ ਸਾਡੀ ਕੌਮ ਦੀ ਸਮੇਂ ਸਮੇਂ ਅਗਵਾਈ ਕਰਦੇ ਰਹੇ, ਬਾਬਾ ਬੰਦੇ ਬਹਾਦਰ ਤੋਂ ਲੈ ਕੇ ਅੱਜ ਤੱਕ। ਤੇ ਦੂਜੇ ਨੇ ਵਿਦਵਾਨ, ਸਾਡੀ ਕੌਮ ਦੇ ਵਿਦਵਾਨ, ਸਰਵ ਪ੍ਰਥਮ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਆਪਣੀ ਕਲਮ ਨਾਲ ਸਾਰਾ ਦਸਮ ਗ੍ਰੰਥ ਲਿਖਿਆ। ਦਸਮ ਗ੍ਰੰਥ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਨੇ ਲਿਖਿਆ, ਤੇ ਭਾਈ ਮਨੀ ਸਿੰਘ ਜੀ ਨੇ ਲਿਖਿਆ ਕਿ ਖਾਲਸਾ ਜੀ, ਜਿਹੜੀ ਆਦਿ ਬਾਣੀ ਹੋਈ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ, ਇਹ ਭਗਤੀ ਮਈ ਸਿੱਖਾਂ ਨੂੰ ਗਿਆਨ ਕਰਾਉਣ ਵਾਸਤੇ ਹੈ, ਔਰ ਜਿਹੜੀ ਦਸਮ ਦੀ ਬਾਣੀ ਹੈ ਇਹ ਖਾਲਸੇ ਅੰਦਰ ਯੁੱਧ ਦੀ ਭਾਵਨਾ ਭਰਨ ਵਾਸਤੇ ਹੈ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਪੰਡਿਤ ਤਾਰਾ ਸਿੰਘ ਜੀ ਨਰੋਤਮ,
ਭਾਈ ਕਾਹਨ ਸਿੰਘ ਨਾਭਾ, ਡਾਕਟਰ ਭਾਈ ਵੀਰ ਸਿੰਘ, ਡਾਕਟਰ ਬਲਬੀਰ ਸਿੰਘ, ਡਾਕਟਰ ਤਾਰਨ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਮ, ਅੱਜ ਤੱਕ ਜਿੰਨੇ ਸਿੱਖ ਵਿਦਵਾਨ ਨੇ ਸਾਰੇ ਦੇ ਸਾਰੇ ਦਸਮ ਪਾਤਸ਼ਾਹ ਦੀ, ਦਸਮ ਗ੍ਰੰਥ ਦੀ ਬਾਣੀ ਨੂੰ ਦਸਮ ਪਾਤਸ਼ਾਹ ਦੀ ਮੰਨਦੇ ਨੇ। ਉਹਨਾਂ ਦੀਆਂ ਕਿਤਾਬਾਂ ਲਿਖੀਆਂ ਸਾਡੇ ਕੋਲ ਮੌਜੂਦ ਨੇ। ਤੀਸਰਾ ਵਰਗ ਹੁੰਦਾ ਮਹਾਤਮਾ ਮਹਾਂਪੁਰਸ਼ਾਂ ਦਾ, ਦੋ ਮੈਂ ਦੱਸ ਚੁੱਕਾ, ਜਰਨੈਲਾਂ ਦਾ ਤੇ ਸਾਧ ਸੰਗਤ ਜੀ ਵਿਦਵਾਨਾਂ ਦਾ। ਹੁਣ ਆ ਗਏ ਮਹਾਂਪੁਰਸ਼ਾਂ ਦਾ। ਸਾਡੇ ਪੰਥ ਵਿੱਚ ਬੜੇ ਬੜੇ ਕਰਨੀ ਕਮਾਈ ਵਾਲੇ ਸੰਤ ਬ੍ਰਹਮ ਗਿਆਨੀ ਹੋਏ ਨੇ। ਬਾਬਾ ਗੁੱਦੜ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਸੰਤ ਸੁੰਦਰ ਸਿੰਘ ਜੀ, ਮੈਂ ਕਿਹਨਾਂ ਕਿਹਨਾਂ ਦੇ ਨਾਮ ਲਵਾਂ, ਸਾਰੇ ਦਸਮ ਪਾਤਸ਼ਾਹ ਦੀ ਬਾਣੀ ਤੇ ਸ਼ਰਧਾ ਰੱਖਦੇ ਆਏ। ਅੱਜ ਕੁਝ ਲੋਕ ਜਿਨ੍ਹਾਂ ਨੇ ਕਦੀ ਦਸਮ ਦੀ ਬਾਣੀ ਨਹੀਂ ਪੜ੍ਹੀ, ਗਿਆਨੀ ਸੰਤ ਸਿੰਘ ਜੀ ਮਸ਼ਕੀਨ ਦੀ ਕਥਾ ITC ਚੈਨਲ ਤੇ ਰੋਜ਼ ਆਉਂਦੀ, ਤੁਸੀਂ ਵੇਖਦੇ ਹੋ, ਸੁਣਦੇ ਹੋ, ਉਹ ਰੋਜ਼ ਹੀ ਕਹੀ ਜਾਂਦੇ ਆ ਦਸਮ ਦੇ ਬਾਰੇ। ਵੀ ਕਈ ਲੋਕ ਮੈਨੂੰ ਆ ਕੇ ਕਹਿਣ ਲੱਗੇ, ਜੀ ਤੁਸੀਂ ਦਸਮ ਗ੍ਰੰਥ ਬਾਰੇ ਦੱਸੋ। ਮਸ਼ਕੀਨ ਜੀ ਕਹਿੰਦੇ, ਭਾਈ ਇਹ ਦੱਸ ਵੀ ਤੂੰ ਪੜ੍ਹਿਆ ਹੋਇਆ, ਤੂੰ ਦਸਮ ਗ੍ਰੰਥ ਪੜ੍ਹਿਆ? ਨਹੀਂ ਜੀ, ਮੈਂ ਤੇ ਵਿੱਚੋਂ ਵਿੱਚੋਂ ਪੰਕਤੀਆਂ ਸੁਣੀਆਂ ਨੇ। ਤੁਸੀਂ ਕਿਸੇ ਜਿਹੜਾ ਵੀ ਸ਼ੰਕਾ ਕਰਨ ਵਾਲਾ ਦਸਮ ਗ੍ਰੰਥ ਦੇ ਉੱਤੇ ਕਿੰਤੂ ਕਰਨ ਵਾਲਾ, ਕਿਸੇ ਨੂੰ ਇੱਕੋ ਹੀ ਸਵਾਲ ਪਾਓ ਵੀ ਤੂੰ ਪੜ੍ਹਿਆ, ਤੁਹਾਨੂੰ ਜਵਾਬ ਮਿਲੇਗਾ ਨਹੀਂ। ਤੇ ਜੇ ਕਹੇ ਪੜ੍ਹਿਆ ਤੇ ਉਹਨੂੰ ਪੁੱਛ ਲਓ ਵੀ ਪਾਏ ਗਏ ਜਬ ਤੇ ਤੁਮਰੇ ਵਾਲਾ ਸਵਈਆ ਕਿੱਥੇ ਲਿਖਿਆ, ਸਗਲ ਦੁਆਰ ਕੋ ਛਾੜ ਕੇ ਵਾਲਾ ਦੋਹਰਾ ਕਿੱਥੇ ਲਿਖਿਆ, ਚੌ ਪਈ ਕਿੱਥੇ ਲਿਖੀ ਹੈ, ਸ਼ਸਤਰ ਨਾਮ ਵਾਲਾ ਕਿੱਥੇ ਲਿਖਿਆ? ਕੋਈ ਜਵਾਬ ਨਹੀਂ, ਕਿਉਂਕਿ ਪੜ੍ਹਿਆ ਹੀ ਕੋਈ ਨਹੀਂ। ਜਿਹਨੇ ਦਸਮ ਗ੍ਰੰਥ ਆਦਿ ਤੋਂ ਅੰਤ ਤੱਕ ਪੜ੍ਹਿਆ ਔਰ ਕਿਸੇ ਸੰਪਰਦਾਏ ਵਿੱਚ ਕਿਸੇ ਵਿਦਵਾਨ ਕੋਲ ਬਹਿ ਕੇ ਪੜ੍ਹਿਆ, ਉਹਨੂੰ ਕਦੀ ਸ਼ੰਕਾ ਨਹੀਂ ਹੁੰਦਾ, ਉਹਨੂੰ ਕਦੀ ਕਿੰਤੂ ਨਹੀਂ ਹੁੰਦਾ। ਆ ਪਿੱਛੇ ਜੀ ਸਪੋਕਸਮੈਨ ਨੇ ਕੁਝ ਅਖਬਾਰਾਂ ਵਿੱਚ ਛਾਪ ਕੇ ਪਰਚੇ ਵੰਡੇ ਨੇ, ਜਿਹੜੇ ਤੁਹਾਡੇ ਤਾਈਂ ਕਈ ਵੀਰਾਂ ਨੇ ਪੜ੍ਹੇ ਹੋਣਗੇ। ਉਹਦੇ ਤੇ ਬੜਾ ਸਾਧ ਸੰਗਤ ਜੀ, ਕਈ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ ਜਾਂ ਬਾਣੀ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ, ਉਹਨਾਂ ਦੇ ਮਨ 'ਚ ਸ਼ੰਕਾ ਪੈਦਾ ਹੋਇਆ। ਅਸਲ ਵਿੱਚ ਗੱਲ ਕੀ ਹੈ, ਉਹਨੇ ਅਧੂਰੀਆਂ ਪੰਗਤੀਆਂ ਛਾਪੀਆਂ ਨੇ, ਪੂਰੀਆਂ ਨਹੀਂ ਛਾਪੀਆਂ। ਉਹਨੇ ਉਹ ਪੱਖ ਛਾਪਿਆ ਜਿਹਦੀ ਸਾਨੂੰ ਸਮਝ ਨਾ ਆ ਸਕੇ, ਭੁਲੇਖਾ ਪਾਉਣ ਵਾਲਾ ਪੱਖ ਛਾਪਿਆ। ਕਿਉਂਕਿ ਗੁਰਬਾਣੀ ਦੀ ਇੱਕ ਪੰਗਤੀ 'ਚ ਸਵਾਲ ਹੁੰਦਾ ਤੇ ਅਗਲੀ ਪੰਗਤੀ 'ਚ ਜਵਾਬ ਹੁੰਦਾ। ਹੁਣ ਤੁਸੀਂ ਆਸਾ ਦੀ ਵਾਰ ਪੜ੍ਹਦੇ ਹੋ, ਜਿਉਂ ਜੋਰੂ ਸਿਰ ਨਾਵਣੀ ਆਵੈ ਵਾਰੋ ਵਾਰ, ਇਹਦਾ ਅਰਥ ਜੇ ਇਹਦਾ ਇਕੱਲੀ ਪੰਗਤੀ ਦਾ ਅਰਥ ਕਰੀਏ ਤੇ ਕਈ ਲੜ ਪੈਣਗੇ। ਇਹ ਗੁਰੂ ਨਾਨਕ ਸਾਹਿਬ ਦੀ ਪੰਗਤੀ ਹੈ, ਜਿਉਂ ਜੋਰੂ ਸਿਰ ਨਾਵਣੀ, ਹਰ ਇਸਤਰੀ ਨੂੰ ਮਹੀਨੇ ਪਿੱਛੋਂ ਸਿਰ ਨਹਾਉਣਾ ਪੈਂਦਾ। ਜੂਠੇ ਜੂਠਾ ਮੁੱਖ ਵਸੈ, ਨਿਤ ਨੇ ਧੋਏ ਖੁਆਰ। ਜਦੋਂ ਇਹ ਗੱਲ ਪੜੋਗੇ ਸਮਝੋਗੇ ਵੀ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ। ਵੀ ਮਹਾਰਾਜ ਤਾਂ ਇਹ ਕਹਿੰਦੇ ਆ ਵੀ ਅਪਵਿੱਤਰਤਾ, ਜੂਠ, ਗੰਦਗੀ ਜੀਵ ਦੇ ਨਾਲ ਜੁੜੀ ਹੋਈ ਹੈ ਤੇ ਖੁਆਰ ਕਰਦੀ ਹੈ, ਫਿਰ ਤੇ ਗੱਲ ਸਮਝ ਆਵੇਗੀ। ਤੇ ਜੇ ਪਹਿਲੀ ਪੰਗਤੀ ਪੜ੍ਹ ਕੇ ਉਹਦੇ ਗਲਤ ਅਰਥ ਕਰੀ ਜਾਓ ਤੇ ਸਾਧ ਸੰਗਤ ਜੀ ਫਿਰ ਬਾਣੀ ਤੇ ਸ਼ੰਕਾ ਹੋਵੇਗਾ।
ਇਸੇ ਤਰ੍ਹਾਂ ਫਰੀਦ ਦਾ ਵਚਨ ਹੈ, ਫਰੀਦਾ ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਹੇ। ਇਹ ਕਿਹੜੇ ਕੰਤ ਦੀ ਗੱਲ ਹੈ, ਕੌਣ ਸੁੱਤੀ ਕੌਣ ਨਾ ਸੁੱਤੀ? ਜੇ ਕੋਈ ਸਮਝਦਾਰ ਹੋਵੇਗਾ ਤੇ ਉਹਨੂੰ ਪਤਾ ਲੱਗੇਗਾ, ਤੇ ਜੇ ਕੋਈ ਮੂਰਖ ਹੋਏਗਾ ਤੇ ਉਹ ਇਹਦਾ ਅਰਥ ਦੁਨਿਆਵੀ ਕਰਕੇ ਤੇ ਬਾਣੀ ਤੇ ਕਿੰਤੂ ਕਰਨ ਲੱਗ ਜਾਏਗਾ। ਸਮਝ ਦੇ ਅਨੁਸਾਰ, ਬੁੱਧੀ ਦੇ ਅਨੁਸਾਰ ਗਿਆਨ ਹੁੰਦਾ ਹੈ, ਤੇ ਸਾਧ ਸੰਗਤ ਜੀ ਇਹਨਾਂ ਦੀ ਬੁੱਧੀ ਛੋਟੀ ਹੈ, ਇਹਨਾਂ ਨੂੰ ਕਾਮ ਵਾਸ਼ਨਾ ਚਿਮੜੀ ਹੋਈ ਦਿਮਾਗ ਦੇ ਉੱਤੇ। ਕਹਿੰਦੇ ਨੇ ਹਨੂਮਾਨ ਲੰਕਾ ਗਿਆ ਸੀਤਾ ਦੀ ਖਬਰ ਲੈਣ ਵਾਸਤੇ। ਸੀਤਾ ਉੱਥੇ ਰਾਵਣ ਦੀ ਕੈਦ ਵਿੱਚ ਅਸ਼ੋਕ ਵਾਟਕਾ ਚ ਬਗੀਚੀ ਚ ਬੈਠੀ ਹੋਈ ਸੀ। ਸੀਤਾ ਮਾਤਾ ਜੀ ਦੇ ਦਰਸ਼ਨ ਕਰਕੇ ਵਾਪਸ ਆਇਆ ਰਾਮ ਚੰਦਰ ਜੀ ਨੂੰ ਖਬਰ ਦੇਣ ਵਾਸਤੇ। ਰਾਮ ਜੀ ਪੁੱਛਦੇ ਨੇ, ਸੁਣਾ ਸੀਤਾ ਦੀ ਕੀ ਹਾਲ, ਕੀ ਹਾਲਤ ਹੈ? ਕਹਿਣ ਲੱਗੇ ਮਹਾਰਾਜ ਜਿਉਂਦੀ ਹੈ। ਤੇ ਰਾਮ ਚੰਦਰ ਜੀ ਕਹਿੰਦੇ, ਮਰੀ ਨਹੀਂ ਹਮ ਤੇ ਪਿਛੜਾਈ, ਮਰ ਨਹੀਂ ਗਈ, ਸਾਡੇ ਤੋਂ ਵਿਛੜ ਗਏ। ਹਨੂਮਾਨ ਕਹਿੰਦਾ, ਮਹਾਰਾਜ ਮਰਦੀ ਕਿਵੇਂ? ਪ੍ਰਾਣ ਬਸੇ ਪਦ ਪੰਕਜ ਮੇ ਜਮ ਆਵਤ ਹੈ ਪਰ ਪਾਵਤ ਨਹੀਂ। ਸੀਤਾ ਦੇ ਪ੍ਰਾਣ ਤਾਂ ਹਜੂਰ ਦੇ ਚਰਨਾਂ 'ਚ ਵਸੇ ਹੋਏ ਨੇ, ਉੱਥੇ ਜਦੋਂ ਜਮ ਆਉਂਦੇ ਨੇ ਸਰੀਰ ਵੇਖ ਕੇ ਮੁੜ ਜਾਂਦੇ ਨੇ, ਉਹ ਮਰ ਵੀ ਨਹੀਂ ਸਕਦੀ ਤੇ ਜੀ ਵੀ ਨਹੀਂ ਸਕਦੀ, ਉਹਦੇ ਮਨ 'ਚ ਤੁਹਾਡਾ ਪ੍ਰੇਮ ਵਸਿਆ ਹੋਇਆ। ਅੱਛਾ ਹਨੂਮਾਨ ਇੱਕ ਹੋਰ ਗੱਲ ਦੱਸ, ਜਿਸ ਬਾਗ ਵਿੱਚ ਤੂੰ ਗਿਆ ਸੀ, ਜਿਸ ਬਗੀਚੀ 'ਚ ਸੀਤਾ ਬੈਠੀ ਸੀ, ਅਸ਼ੋਕ ਵਾਟਕਾ ਦੇ ਫੁੱਲ ਕਿਹੋ ਜਿਹੇ ਸਨ, ਕਿਹੜੇ ਰੰਗ ਦੇ ਸਨ? ਹਨੂਮਾਨ ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਇਹ ਨਜ਼ਰ ਆਉਂਦਾ ਵੀ ਉਸ ਬਗੀਚੀ ਦੇ ਫੁੱਲ ਲਾਲ ਸਨ। ਰਾਮ ਜੀ ਕਹਿਣ ਲੱਗੇ, ਨਹੀਂ ਹਨੂਮਾਨ ਤੈਨੂੰ ਭੁਲੇਖਾ ਲੱਗ ਰਿਹਾ, ਕਿਉਂਕਿ ਅਸੀਂ ਵੀ ਅੰਤਰ ਆਤਮਾ ਨਾਲ ਉਹ ਜਗ੍ਹਾ ਵੇਖੀ ਹੈ, ਉੱਥੋਂ ਦੇ ਫੁੱਲ ਚਿੱਟੇ ਹਨ। ਨਹੀਂ ਨਹੀਂ ਮਹਾਰਾਜ, ਫੁੱਲ ਲਾਲ ਹਨ। ਮਹਾਰਾਜ ਕਹਿੰਦੇ, ਨਹੀਂ ਚਿੱਟੇ ਹਨ। ਕਹਿੰਦਾ, ਨਹੀਂ ਲਾਲ ਹਨ। ਹੱਸ ਪਏ ਰਾਮ ਚੰਦਰ ਜੀ, ਕਹਿਣ ਲੱਗੇ, ਤੈਨੂੰ ਲਾਲ ਪਤਾ ਕਿਉਂ ਨਜ਼ਰ ਆਉਂਦੇ ਨੇ? ਤੇਰੀਆਂ ਅੱਖਾਂ 'ਚ ਲਹੂ ਉਤਰਿਆ ਹੋਇਆ ਸੀ, ਗੁੱਸਾ ਤੈਨੂੰ ਆਇਆ ਹੋਇਆ ਸੀ ਰਾਵਣ ਦੇ ਖਿਲਾਫ, ਤੇ ਜਦੋਂ ਤੇਰੇ ਅੰਦਰ ਗੁੱਸਾ ਸੀ ਤੈਨੂੰ ਲਾਲ ਨਜ਼ਰ ਆਉਂਦੇ ਸਨ। ਸਾਧ ਸੰਗਤ ਜੀ, ਮੇਰੇ ਹਜ਼ੂਰ ਬਾਣੀ 'ਚ ਕਹਿੰਦੇ ਨੇ, ਸੁਖੀਏ ਕਉ ਪੇਖੈ ਸਭ ਸੁਖੀਆ। ਸੁਖੀ ਬੰਦੇ ਨੂੰ ਸਾਰੀ ਦੁਨੀਆਂ ਸੁਖੀ ਨਜ਼ਰ ਆਉਂਦੀ ਹੈ, ਰੋਗੀ ਕਹਿ ਪਹਾੜਾ ਸਭ ਰੋਗੀ, ਰੋਗੀ ਨੂੰ ਸਾਰੇ ਰੋਗੀ ਨਜ਼ਰ ਆਉਂਦੇ ਨੇ। ਜਿਨ੍ਹਾਂ ਦੀਆਂ ਅੱਖਾਂ ਵਿੱਚ ਕਾਮ ਵਾਸ਼ਨਾ ਹੈ ਨਾ, ਉਹਨਾਂ ਨੂੰ ਗੁਰਬਾਣੀ ਵੀ ਕਾਮ ਵਾਸ਼ਨਾ ਵਾਲੀ ਨਜ਼ਰ ਆਉਣ ਲੱਗ ਪਈ ਹੈ, ਕਿਉਂਕਿ ਜੈਸੀ ਦ੍ਰਿਸ਼ਟੀ ਹੈ ਵੈਸੀ ਸ੍ਰਿਸ਼ਟੀ ਹੈ। ਗਿਆਨ ਅਵਸਥਾ ਮੁਤਾਬਕ ਹੁੰਦਾ ਜੀ। ਇੱਕ ਬੱਚੇ ਨੂੰ ਤੁਸੀਂ ਊੜਾ ਐੜਾ ਸਿਖਾ ਰਹੇ ਹੋ, ਇੱਕ ਬੱਚਾ ਪੰਜਵੀਂ 'ਚ ਪੜ੍ਹ ਰਿਹਾ, ਉਹ ਬੱਚਿਆਂ ਦੇ ਅੱਗੇ ਪਹਿਲੀ ਤੋਂ ਦੂਜੀ ਚੌਥੀ ਪੰਜਵੀਂ ਦਸਵੀਂ ਵਾਲੇ ਬੱਚੇ ਅੱਗੇ ਜੇ ਤੁਸੀਂ MA ਦੀ ਕਿਤਾਬ ਰੱਖੋਗੇ, ਉਸ ਨੂੰ ਨਹੀਂ ਸਮਝ ਆਏਗੀ। MA ਦੀ ਕਿਤਾਬ ਪਹਿਲੀ ਦੂਜੀ ਪੰਜਵੀਂ ਦਸਵੀਂ ਵਾਲੇ ਨੂੰ ਨਹੀਂ ਸਮਝ ਆਏਗੀ, ਕਿਤੇ ਕਰਕੇ ਵੇਖ ਲਓ। ਜਿਹੜਾ BA ਕਰਕੇ MA 'ਚ ਦਾਖਲਾ ਲਵੇਗਾ, ਉਹਨੂੰ MA ਦੀ ਕਿਤਾਬ ਸਮਝ ਆਵੇਗੀ, ਫਿਰ ਵੀ ਕਿਸੇ ਮਾਸਟਰ ਦੀ ਲੋੜ ਪਏਗੀ। ਦੇਖੋ ਸਤਨਾਮ ਸ੍ਰੀ ਵਾਹ, ਜਾਂ ਫਿਰ ਕਰਕੇ ਵੇਖ ਲਓ, ਕਿਸੇ ਪਹਿਲੀ ਦੂਜੀ ਵਾਲੇ ਦੇ ਅੱਗੇ ਰੱਖੋ ਕਿਤਾਬ MA ਦੀ,
ਸਮਝ ਆ ਜਾਏਗੀ ਉਹਨੂੰ? ਬਿਲਕੁਲ ਨਹੀਂ ਆਉਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨਾਂ ਨੇ ਨਹੀਂ ਪੜ੍ਹਿਆ, ਭਾਈ ਗੁਰਦਾਸ ਜਿਹਨਾਂ ਨੇ ਨਹੀਂ ਪੜ੍ਹਿਆ, ਭਾਈ ਨੰਦ ਲਾਲ ਨੂੰ ਜਿਹਨਾਂ ਨੇ ਨਹੀਂ ਪੜ੍ਹਿਆ, ਉਹ ਦਸਮ ਗ੍ਰੰਥ ਕਿਤਾਬਾਂ ਲਿਖਣ ਲੱਗ ਪਏ ਨੇ। ਉਹਨਾਂ ਨੂੰ ਕੀ ਸਮਝ ਆਏਗੀ, ਕੀ ਪਤਾ ਲੱਗੇਗਾ? ਅਖੇ ਜੀ ਇਹਦੇ ਚ ਅਸ਼ਲੀਲ ਲਿਖਿਆ ਹੋਇਆ, ਇਹਦੇ ਵਿੱਚ ਬੰਦੇ ਦੇ ਸਰੀਰ ਦੇ ਅੰਗਾਂ ਬਾਰੇ ਲਿਖਿਆ ਹੋਇਆ। ਸਾਧ ਸੰਗਤ ਜੀ ਇਹ ਦੱਸੋ, ਜਿਹੜੇ ਲੋਕ ਕਿੰਤੂ ਪਰੰਤੂ ਕਰਦੇ ਨੇ, ਜਦੋਂ ਗੁਰਦੁਆਰੇ ਆਉਂਦੇ ਨੇ, ਮੰਦਰ ਜਾਂਦੇ ਨੇ, ਕਿਤੇ ਜਾਂਦੇ ਧਰਮ ਸਥਾਨ ਤੇ, ਜਿਹੜੇ ਸਾਡੇ ਸਰੀਰ ਦੇ ਅੰਗ ਨੇ ਉਹ ਘਰ ਰੱਖ ਕੇ ਆਉਂਦੇ ਨੇ? ਸਾਡੇ ਸਰੀਰ 'ਚ ਅੱਖਾਂ ਵੀ ਨੇ, ਕੰਨ ਵੀ ਨੇ, ਨੱਕ ਵੀ ਹੈ, ਹੱਥ ਵੀ ਨੇ, ਪੈਰ ਵੀ ਨੇ, ਸਾਡੇ ਸਰੀਰ ਦੇ ਕੁਝ ਅੰਗ ਉਹ ਵੀ ਨੇ ਜਿਹੜੇ ਅਸੀਂ ਢੱਕ ਕੇ ਰੱਖਦੇ ਹਾਂ, ਢੱਕ ਕੇ ਰੱਖਦੇ ਹਾਂ, ਪਰ ਉਹ ਅਸੀਂ ਘਰ ਰੱਖ ਕੇ ਨਹੀਂ ਆਉਂਦੇ, ਢੱਕ ਕੇ ਰੱਖਦੇ ਹਾਂ। ਕਿਉਂ? ਮਰਿਆਦਾ ਬਣੀ ਹੋਈ। ਗੁਰੂ ਸਾਹਿਬ ਜੀ ਨੇ ਸਾਨੂੰ ਸਾਰੇ ਸਰੀਰ ਬਾਰੇ ਤੇ ਸਾਰੇ ਆਤਮਕ ਅਵਸਥਾ ਬਾਰੇ ਗਿਆਨ ਦੇਣਾ। ਹੁਣ ਡਾਕਟਰੀ ਪੜ੍ਹਾਈ ਜਾਂਦੀ ਹੈ, ਸਾਡੀਆਂ ਬੱਚੀਆਂ ਨਰਸ ਦਾ ਕੋਰਸ ਕਰਦੀਆਂ ਨੇ, ਡਾਕਟਰੀ ਦਾ ਕੋਰਸ ਕਰਦੀਆਂ ਨੇ, ਉੱਥੇ ਉਹਨਾਂ ਨੂੰ ਸਰੀਰ ਦੇ ਸਾਰੇ ਅੰਗਾਂ ਬਾਰੇ ਪੜ੍ਹਾਇਆ ਜਾਂਦਾ, ਸਿਰ ਤੋਂ ਲੈ ਕੇ ਪੈਰਾਂ ਤੱਕ ਪੜ੍ਹਾਇਆ ਜਾਂਦਾ। ਕਿ ਡਾਕਟਰ ਬਣਨਾ, ਉਹਨੇ ਕੱਲ੍ਹ ਨੂੰ ਇਲਾਜ ਕਰਨਾ, ਸਾਰੇ ਅੰਗਾਂ ਦਾ ਕਰਨਾ, ਕਿਹੜੇ ਅੰਗ ਵਿੱਚ ਕਿਹੜੀ ਨਸ ਹੈ, ਕਿਹੜੇ ਅੰਗ ਵਿੱਚ ਕੀ ਨੁਕਸ ਪੈ ਸਕਦਾ, ਸਾਰਾ ਪੜ੍ਹਾਇਆ ਜਾਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਸਾਰਾ ਗਿਆਨ ਦੇਣਾ, ਤਾਂ ਕਿ ਖਾਲਸਾ ਹਰ ਪੱਖ ਤੋਂ ਪਰਿਪੂਰਨ ਹੋ ਜਾਵੇ। ਤੇ 405 ਚਰਿੱਤਰ ਲਿਖੇ ਨੇ, ਉਹਦੇ ਵਿੱਚ ਬਹਾਦਰ ਇਸਤਰੀਆਂ ਦੇ ਚਰਿੱਤਰ ਵੀ ਨੇ, ਨਾਰਮਲ ਇਸਤਰੀਆਂ ਦੇ ਚਰਿੱਤਰ ਵੀ ਨੇ, ਕਪਟੀ ਇਸਤਰੀਆਂ ਦੇ ਚਰਿੱਤਰ ਵੀ ਨੇ, ਤੇ 70-80 ਚਰਿੱਤਰ ਬੰਦਿਆਂ ਦੇ ਵੀ ਨੇ, ਸਾਰੇ ਚਰਿੱਤਰ ਔਰਤਾਂ ਦੇ ਨਹੀਂ। ਜਿੱਥੇ ਬੰਦਿਆਂ ਦੇ ਚਰਿੱਤਰ ਨੇ, ਉੱਥੇ ਇਸਤਰੀ ਚਰਿੱਤਰੋਂ ਪਖਿਆਨੇ ਪੁਰਖ ਚਰਿੱਤਰੇ ਲਿਖਿਆ ਹੋਇਆ, ਜਿੱਥੇ ਇਸਤਰੀ ਦੇ ਚਰਿੱਤਰ ਹੈ ਉੱਥੇ ਇਸਤਰੀ ਚਰਿੱਤਰੋਂ ਪਖਿਆਨੇ ਤ੍ਰਿਆ ਚਰਿੱਤਰੇ ਲਿਖਿਆ ਹੋਇਆ। ਪੜ੍ਹ ਕੇ ਵੇਖੋ ਦਸਮ ਗ੍ਰੰਥ ਕਿਉਂ ਲਿਖੇ ਨੇ ਚਰਿੱਤਰ। ਤੁਸੀਂ ਇਹ ਪੁੱਛੋਗੇ ਵੀ ਚਰਿੱਤਰ ਕਿਉਂ ਲਿਖੇ ਨੇ, ਮੈਨੂੰ ਇਹ ਦੱਸੋ ਖਾਲਸਾ ਕੀ ਹੈ? ਖਾਲਸਾ ਇੱਕ ਫੌਜ ਹੈ, ਤੇ ਫੌਜ ਹਮੇਸ਼ਾ ਲੜਾਈ ਦੇ ਮੈਦਾਨ 'ਚ ਰਹਿੰਦੀ ਹੈ, ਕੈਂਪਾਂ 'ਚ ਰਹਿੰਦੀ ਹੈ, ਘਰ ਤੋਂ ਬਾਹਰ ਰਹਿੰਦੀ ਹੈ। ਜਿਹੜਾ ਬੰਦਾ ਫੌਜੀ ਹੈ, ਘਰ ਤੋਂ ਬਾਹਰ ਰਹਿੰਦਾ, ਉਹਦਾ ਕਰੈਕਟਰ ਕਿਸੇ ਵੇਲੇ ਵੀ ਡਾਵਾਡੋਲ ਹੋ ਸਕਦਾ। ਆ ਜਿਹੜੀ ਸਭ ਤੋਂ ਵੱਡੀ ਵਰਲਡ ਦੀ ਲੜਾਈ ਛਿੜੀ ਹੋਈ ਹੈ ਇਸ ਟਾਈਮ, ਲਾਦੇਨ ਦੀ ਤੇ ਅਮਰੀਕਾ ਦੀ ਹੈ। ਲਾਦੇਨ ਤੇ ਅਮਰੀਕਾ ਦੀ ਲੜਾਈ ਦੀ ਭੂਮਿਕਾ ਕੀ ਹੈ, ਇਹ ਸਮਝ ਲਓ। ਪਹਿਲਾਂ ਅੱਜ ਤੋਂ 15 ਸਾਲ ਪਹਿਲਾਂ ਮੱਕੇ ਦੇ ਵਿੱਚ, ਅਰਬ ਦੇ ਵਿੱਚ ਅਮਰੀਕਾ ਦੀਆਂ ਫੌਜਾਂ ਆਈਆਂ ਸੀ, ਅਰਬ ਸਰਕਾਰ ਨੇ ਮੰਗਾਈਆਂ ਸੀ, ਤੇ ਜਦੋਂ ਉਹ ਫੌਜੀ ਉੱਥੇ ਬੈਠੇ ਰਹੇ, 2-3 ਸਾਲ ਬੈਠੇ ਰਹੇ, 4 ਸਾਲ ਬੈਠੇ ਰਹੇ, ਤੇ ਜਿਹੜੇ ਅਰਬ ਦੀਆਂ ਔਰਤਾਂ ਸਨ, ਮੁਸਲਮਾਨ ਔਰਤਾਂ, ਉਹ ਉੱਥੋਂ ਦੀ ਸਰਕਾਰ ਨੇ ਉਹਨਾਂ ਫੌਜੀਆਂ ਨੂੰ ਦਿੱਤੀਆਂ। ਜਦੋਂ ਉਹ ਲਾਦੇਨ ਨੇ ਵੇਖੀਆਂ, ਤੇ ਉਹਦੇ ਮਨ 'ਚ ਇਹ ਭਾਵਨਾ ਆਈ ਵੀ ਇਹ ਜਿਹੜੇ ਫੌਜੀ ਹਨ ਅਮਰੀਕਾ ਦੇ, ਸਾਡੇ ਦੇਸ਼ ਵਿੱਚ ਆ ਕੇ ਸਾਡੇ ਧਰਮ ਸਥਾਨਾਂ ਦੀ ਬੇਅਦਬੀ ਕਰ ਰਹੇ ਨੇ, ਤੇ ਲੜਾਈ ਛਿੜ ਗਈ।
ਗੁਰੂ ਗੋਬਿੰਦ ਸਿੰਘ ਨੂੰ ਵੀ ਪਤਾ ਸੀ ਕਿ ਮੇਰਾ ਖਾਲਸਾ ਫੌਜ ਹੈ ਤੇ ਕਿਤੇ ਮੇਰੇ ਖਾਲਸੇ ਨੂੰ ਕੋਈ ਇਹੋ ਜਿਹਾ ਜਾਲ ਪਾ ਕੇ ਆਪਣੇ ਚਰਿੱਤਰ ਤੋਂ ਆਪਣੇ ਕਰੈਕਟਰ ਤੋਂ ਥੱਲੇ ਨਾ ਗੇਰ ਦੇਵੇ। 405 ਚਰਿੱਤਰ ਲਿਖ ਕੇ ਸਵਧਾਨ ਸਾਵਧਾਨ ਕਰਦਿਆਂ ਹੋਇਆ 20ਵੇਂ ਚਰਿੱਤਰ ਚ ਪਹਿਲਾਂ ਹੀ ਲਿਖ ਦਿੱਤਾ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਕਿ ਜਦੋਂ ਦੀ ਮੈਂ ਉਸ ਵਾਲੀ ਹੈ, ਮੇਰੇ ਪਿਤਾ ਗੁਰੂ ਤੇਗ ਬਹਾਦਰ ਨੇ ਮੈਨੂੰ ਸਿੱਖਿਆ ਦਿੱਤੀ ਹੈ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹੈ ਪਰਣ ਤੋਹੇ, ਪੁੱਤਰ ਤੈਨੂੰ ਸਹੁ ਲੱਗੇ, ਮੈਂ ਤੈਨੂੰ ਪਰਣ ਕਰਾ ਰਿਹਾ, ਪੂਤ ਇਹੈ ਪਰਣ ਤੋਹੇ ਪ੍ਰਾਣ ਜਬ ਲੱਗ ਘਟ ਥਾਰੇ, ਜਿੰਨਾ ਚਿਰ ਤੂੰ ਜਿਉਂਦਾ ਰਵੇ ਪੁੱਤਰ ਇੱਕ ਗੱਲ ਦਾ ਖਿਆਲ ਰੱਖੀ, ਨਿਜ ਨਾਰੀ ਕੇ ਸਾਥ ਨਿਤ ਤੁਮ ਨੇ ਬਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਜਈਓ। ਆਪਣੀ ਪਤਨੀ ਧਰਮ ਪਤਨੀ ਹੈ, ਇਸ ਤੋਂ ਇਲਾਵਾ ਵੱਡੀਆਂ ਮਾਵਾਂ ਨੇ, ਬਰਾਬਰ ਦੀਆਂ ਭੈਣਾਂ ਨੇ, ਛੋਟੀਆਂ ਧੀਆਂ ਨੇ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤੇ ਗੁਰੂ ਗੋਬਿੰਦ ਸਿੰਘ ਨੇ ਇਹ ਬਚਨ 20ਵੇਂ ਚਰਿੱਤਰ ਚ ਲਿਖੇ ਨੇ, ਔਰ ਜਿਹੜੀ ਤੁਸੀਂ ਅਮਰਤ ਦੀ ਬਾਣੀ ਪੜ੍ਹਦੇ ਹੋ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਜਿਹੜੀ ਅੰਮ੍ਰਿਤ ਤੇ ਵੀ ਪੜ੍ਹੀ ਜਾਂਦੀ ਹੈ, ਸਵੇਰ ਦੇ ਨਿਤਨੇਮ ਚ ਵੀ ਪੜ੍ਹੀ ਜਾਂਦੀ ਹੈ, ਤੇ ਸ਼ਾਮ ਨੂੰ ਰਹਿ ਰਾਸ ਦੇ ਵਿੱਚ ਵੀ ਰੋਜ਼ ਹਰਿਮੰਦਰ ਸਾਹਿਬ ਤੋਂ ਟੀਵੀ ਤੇ ਸੁਣਦੇ ਹੋ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਉਹ 405 ਚਰਿੱਤਰ ਹੀ ਹੈ ਲਾਸਟ। ਕਹਿੰਦੇ ਨਹੀਂ ਜੀ, ਅੱਗੋਂ ਫਿਰ ਦੇਖੋ ਅੱਗੋਂ ਦੇ ਅੱਗੇ ਚਲੀ ਜਾਂਦੇ, ਕਹਿੰਦੇ ਨਹੀਂ ਜੀ, ਕੁਝ ਬਾਣੀ ਤੇ ਅਸੀਂ ਮੰਨਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਦੀ ਹੈ, ਥੋੜੀ ਬਾਣੀ ਕਹਿੰਦੇ ਉਹਨਾਂ ਦੀ ਹੈ, ਥੋੜੀ ਨਹੀਂ ਹੈ। ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ, ਮੈਂ ਕਿਹਾ ਇਹ ਦੱਸੋ, ਇੱਕ ਮੁਰਗੀ ਆਂਡਾ ਦੇਵੇਗੀ ਜਾਂ ਮੀਟ ਦੇਵੇਗੀ, ਜਾਂ ਤਾਂ ਮੁਰਗੀ ਤੋਂ ਆਂਡਾ ਲੈ ਲਓ ਤੇ ਜਾਂ ਉਹਦਾ ਮੀਟ ਬਣਾ ਲਓ। ਹੁਣ ਮੁਰਗੀ ਆਂਡਾ ਵੀ ਦੇਈ ਜਾਵੇ, ਅੱਧੀ ਮੁਰਗੀ ਆਂਡਾ ਦੇਵੇ, ਅੱਧੀ ਮੁਰਗੀ ਦੀ ਆਪਾਂ ਸਬਜ਼ੀ ਖਾਈਏ, ਏਦਾਂ ਨਹੀਂ ਨਾ ਹੋ ਸਕਦਾ। ਇਹਦਾ ਸੰਸਕ੍ਰਿਤ ਜਦੋਂ ਨਿਆਂ ਪੜ੍ਹਾਏ ਜਾਂਦੇ ਨਾ, ਉੱਥੇ ਇਹ ਨਿਆਂ ਆਉਂਦਾ, ਅਰਧ ਯਰਤ ਕਾ ਨਿਆਂ, ਅੱਧੀ ਮੁਰਗੀ ਆਂਡੇ ਲਈ ਤੇ ਅੱਧੀ ਮੁਰਗੀ ਕਹਿੰਦੇ ਸਬਜ਼ੀ ਲਈ ਰੱਖ ਲਓ। ਕਦੀ ਹੋ ਸਕਦਾ ਇਵੇਂ? ਹੋਇਆ ਕਦੀ? ਇੱਕੋ ਕੰਮ ਨੂੰ ਕਰੇਗੀ ਵਿਚਾਰੀ ਉਹ ਕਮਲੇ ਹੋ, ਇਹ ਕਦੀ ਹੋ ਸਕਦਾ ਵੀ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਚੌਪਈ ਕਿਸੇ ਹੋਰ ਦੀ ਹੋਵੇ? ਭਾਈ ਮਨੀ ਸਿੰਘ ਗਲਤ ਲਿਖ ਸਕਦੇ ਬਾਣੀ ਕਦੀ? ਭਾਈ ਮਨੀ ਸਿੰਘ ਨੇ ਸਾਰੀ ਬਾਣੀ ਸ੍ਰੀ ਮੁੱਖ ਵਾਗ ਪਾਤਸ਼ਾਹੀ 10ਵੀਂ ਕਰਕੇ ਲਿਖਿਆ। ਜੇ ਭਾਈ ਮਨੀ ਸਿੰਘ ਨੂੰ ਇਹ ਸ਼ੱਕ ਹੁੰਦਾ ਵੀ ਇਹ ਗੁਰੂ ਸਾਹਿਬ ਦੀ ਬਾਣੀ ਨਹੀਂ, ਉਹ ਇੱਕ ਉੱਤੇ ਨਾਂ ਲਿਖਦੇ ਪਾਤਸ਼ਾਹੀ 10ਵੀਂ। ਐਸਾ ਭੁਲੇਖਾ ਜੋ ਗੁਰੂ ਕੀ ਬਾਣੀ ਵਾਸਤੇ ਪਾਇਆ ਜਾ ਰਿਹਾ, ਉਹਦਾ ਕਾਰਨ ਕੀ ਹੈ? ਮੇਰੇ ਨਾਲ ਵੀਰ ਕਸ਼ਮੀਰ ਸਿੰਘ ਜੀ ਆਏ ਹੋਏ ਨੇ, ਦੱਸਣਗੇ ਵੇਰਵਾ। ਪਰ ਮੈਂ ਇੱਕ ਗੱਲ ਕਹਿ ਰਿਹਾ, ਇੱਕ ਤਾਂ ਸਾਡੇ ਅੰਦਰ ਵੀਰ ਰਸ ਖਤਮ ਕਰਨਾ ਚਾਹੁੰਦੇ ਨੇ, ਸਿੰਘਾਂ 'ਚ ਜਿਹੜਾ ਜੋਸ਼ ਆਉਂਦਾ ਹੈ, ਦੇ ਸ਼ਿਵਾ ਪਰ ਮੋਹੇ ਹੈ, ਪੜ੍ਹ ਕੇ ਇਹ ਨਾ ਪੜ੍ਹਨਗੇ ਨਾ ਆਵੇਗਾ ਜੋਸ਼। ਜਿਹੜੀ ਆ ਕਿਰਪਾਨਾਂ ਪਾਈ ਫਿਰਦੇ ਨੇ ਸਿੱਖ, ਇਹ ਕਿਰਪਾਨਾਂ ਕਿਵੇਂ ਲੈਣਗੀਆਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਰਪਾਨ ਪਾਉਣ ਬਾਰੇ ਲਿਖਿਆ ਕੋਈ ਨਹੀਂ। ਮਹਾਰਾਜ ਆਦਿ ਵਿੱਚ ਤਾਂ ਨਹੀਂ ਲਿਖਿਆ ਕਿਤੇ ਕਿਰਪਾਨ ਪਾਉਣ ਵਾਸਤੇ, ਕਿੱਥੇ ਲਿਖਿਆ ਫਿਰ?
ਤੁਹਾਨੂੰ ਵੀ ਕੋਈ ਪੁੱਛੇ ਤੁਸੀਂ ਕਹਿ ਸਕਦੇ ਹੋ ਕਿ ਦਸਮ ਗ੍ਰੰਥ ਵਿੱਚ ਲਿਖਿਆ ਕਿਰਪਾਨ ਪਾਨ ਧਾਰੀਅੰ ਕਰੋੜ ਪਾਪ ਟਾਰੀਅੰ, ਕਿਰਪਾਨ ਪਾਨ ਧਾਰੀਅੰ ਦਸਮ ਗ੍ਰੰਥ ਲਿਖਿਆ ਗੁਰੂ ਗੋਬਿੰਦ ਸਿੰਘ ਨੇ। ਜਿਸ ਪਿਤਾ ਨੂੰ ਸ਼ਸਤਰਾਂ ਨਾਲ ਪ੍ਰੇਮ ਸੀ, ਅੱਜ ਵੀ ਮੇਰੇ ਪਾਤਸ਼ਾਹ ਦੇ ਤਖ਼ਤ ਕੇਸਗੜ੍ਹ ਚਲੇ ਜਾਓ, ਤਖ਼ਤ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੈ, ਤਖ਼ਤ ਪਟਨਾ ਸਾਹਿਬ ਚਲੇ ਜਾਓ ਸ਼ਸਤਰਾਂ ਦਾ ਪ੍ਰਕਾਸ਼ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਜਾ ਚਲੇ ਜਾਓ ਸ਼ਸਤਰਾਂ ਦਾ ਪ੍ਰਕਾਸ਼ ਹੈ, ਹਜ਼ੂਰ ਸਾਹਿਬ ਚਲੇ ਜਾਓ ਸ਼ਸਤਰਾਂ ਦਾ ਪ੍ਰਕਾਸ਼ ਹੈ। ਜਿਹੜੇ ਪਿਤਾ ਦਾ ਸ਼ਸਤਰਾਂ ਨਾਲ ਪ੍ਰੇਮ ਹੈ, ਉਹੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ। ਆਖੇ ਜੀ ਜਾਪ ਸਾਹਿਬ ਨੂੰ ਮੰਨਿਆ ਸੀ, ਪਰ ਇਹ ਜਿਹੜੀ ਭੋਗ ਵਿਲਾਸ ਵਾਲੀ ਬਾਣੀ ਹੈ ਨਾ, ਕਿਹੜੀ ਚੰਨੇ ਤਿਰਿਆ ਚਰਿੱਤਰ ਨਹੀਂ ਮੰਨਦੇ। ਮੈਂ ਕਿਹਾ ਜਾਪ ਸਾਹਿਬ ਚ ਵੀ ਲਿਖਿਆ ਭੋਗ ਵਿਲਾਸ ਬਾਰੇ, ਕਹਿੰਦੇ ਕਿੱਥੇ? ਮੈਂ ਕਿਹਾ ਨਮੋ ਭੋਗ ਭੋਗੇ, ਉਹ ਪਰਮੇਸ਼ਰ ਭੋਗੀਆਂ ਦੇ ਭੋਗੀ ਵੀ ਹੈ, ਕਿਉਂ ਕਿ ਨਹੀਂ ਹੈ? ਨਮੋ ਭੋਗ ਭੋਗੇ, ਭੋਗੀਆਂ ਵਿੱਚ ਭੋਗੀ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਰੱਬ ਕਿਹਦੇ ਚ ਨਹੀਂ ਵੱਸਦਾ? ਰੱਬ ਜੋਗੀ ਚ ਵੀ ਵੱਸਦਾ ਹੈ, ਰੱਬ ਭੋਗੀ ਚ ਵੀ ਵੱਸਦਾ ਹੈ। ਫਿਰ ਕਹਿੰਦੇ ਜੀ ਅਸੀਂ ਕੁਦਰਤ ਨੂੰ ਮੰਨਦੇ ਹਾਂ। ਮੈਂ ਕਿਹਾ ਫਿਰ ਕੁਦਰਤ ਨੂੰ ਮੰਨ ਲਓ, ਕੁਦਰਤ ਨੇਕੀਆਂ, ਕੁਦਰਤ ਵਧੀਆਂ, ਜਿੰਨੀ ਨੇਕੀ ਹੋ ਰਹੀ ਹੈ ਦੁਨੀਆ ਚ ਉਹ ਵੀ ਕੁਦਰਤ ਹੈ, ਔਰ ਜਿੰਨੀ ਵਧੀ ਹੋ ਰਹੀ ਹੈ ਉਹ ਵੀ ਕੁਦਰਤ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਦੀ ਵੱਲੋਂ ਹਟਾ ਕੇ ਨੇਕੀ ਦੇ ਰਾਹ ਪਾਉਣਾ ਚਾਹੁੰਦੇ ਨੇ, ਤੁਸੀਂ ਬਦੀ ਵੱਲ ਜਾਣਾ ਚਾਹੁੰਦੇ ਹੋ? ਇਹ ਦੱਸੋ, ਜਿਹੜੇ 70 ਚੈਨਲ ਟੀਵੀ ਦੇ ਚੱਲ ਰਹੇ ਨੇ, ਉੱਥੇ ਗੰਦਾ ਨਾਚ ਹੋ ਰਿਹਾ, ਅਸ਼ਲੀਲਤਾ, ਪਿਓ ਵੀ ਕੁਰਸੀ ਤੇ ਬਹਿ ਕੇ ਵੇਖੀ ਜਾਂਦਾ, ਧੀ ਵੀ ਵੇਖੀ ਜਾਂਦੀ, ਭੈਣ ਭਰਾ ਵੀ ਵੇਖੀ ਜਾਂਦੇ, ਮਾਂ ਪੁੱਤਰ ਵੇਖੀ ਜਾਂਦੇ, ਤੁਹਾਨੂੰ ਉਹ ਕਿਉਂ ਨਹੀਂ ਨਜ਼ਰ ਆਉਂਦਾ? ਇਹਨੂੰ ਬੰਦ ਕਰਾਓ ਟੀਵੀ ਚੈਨਲਾਂ ਨੂੰ, ਕਦੀ ਨਹੀਂ ਬੋਲਦੇ ਇਹਦੇ ਖਿਲਾਫ, ਗੁਰਬਾਣੀ ਦੇ ਖਿਲਾਫ ਕਿਉਂ ਬੋਲਦੇ ਨੇ? ਇਸ ਕਰਕੇ ਕਿ ਸਿੱਖਾਂ ਦਾ ਗੁਰੂ ਕੀ ਬਾਣੀ ਤੇ ਨਿਸ਼ਚਾ ਉੱਠ ਜਾਵੇ, ਅੰਮ੍ਰਿਤ ਛਕਣਾ ਛੱਡ ਦੇਣ, ਕਿਰਪਾਨਾਂ ਪਾਣੀਆਂ ਛੱਡ ਦੇਣ, ਦਾੜੀ ਕੇਸਾਂ ਨੂੰ ਤਿਆਗ ਦੇਣ, ਸਿੱਖੀ ਖਤਮ ਹੋ ਜਾਵੇ। ਪਰ ਇਹ ਸੁਪਨੇ ਲੈਣੇ ਛੱਡ ਦੇਣ, ਅਬਦਾਲੀ ਵੀ ਖਾਲਸੇ ਨੂੰ ਖਤਮ ਕਰਨ ਆਇਆ ਸੀ, ਆਪ ਖਤਮ ਹੋ ਗਿਆ, ਮੀਰ ਮੰਨੂ ਆਇਆ ਸੀ ਨਹੀਂ ਰਿਹਾ। ਲਖਪਤ ਰਾਏ ਕਹਿੰਦਾ ਸੀ ਇੱਕ ਖੱਤਰੀ ਨੇ ਧਰਮ ਚਲਾਇਆ, ਮੈਂ ਖੱਤਰੀ ਇਸ ਧਰਮ ਨੂੰ ਖਤਮ ਕਰਾਂਗਾ। ਲੱਖੂ ਪਾਪੀ ਵੀ ਨਹੀਂ ਰਿਹਾ, ਇਹ ਵੀ ਕੋਈ ਨਹੀਂ ਰਹਿਣੇ। ਪਰ ਖਾਲਸਾ ਜੀ, ਮੇਰੀ ਇੱਕ ਬੇਨਤੀ ਹੈ, ਗਿਲਾ ਆਪਣਿਆਂ ਨਾਲ ਹੈ। ਉਹ ਕਹਿੰਦਾ ਗਿਲਾ ਮੌਤ ਸੇ ਨਹੀਂ, ਹਮੇ ਆਪਣੋ ਨੇ ਮਾਰਾ। ਬਗਾਨੇ ਮਾਰਦੇ ਨੇ ਕੋਈ ਗੱਲ ਨਹੀਂ, ਜਦੋਂ ਆਪਣੇ ਮਾਰਨ ਲੱਗ ਜਾਣ। ਕੁਰਾਨ ਸ਼ਰੀਫ ਦੇ ਵਿੱਚ ਗੱਲ ਸੂਰਤ ਅਲ ਬਕਰਾ, ਕੁਰਾਨ ਦੀ ਪਹਿਲੀ ਸੂਰਤ ਹੈ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀਏ ਤਾਂ ਜਪਜੀ ਸਾਹਿਬ ਪਹਿਲਾਂ, ਕੁਰਾਨ ਦੀ ਜਿਹੜੀ ਪਹਿਲੀ ਸੂਰਤ ਹੈ ਉਹਦੇ 'ਚ ਗੱਲ ਲਿਖੀ ਹੈ। ਉਹ ਕਹਿੰਦੇ ਆਹ ਜਿਹੜੀ ਕਿਤਾਬ ਹੈ ਇਹ ਖੁਦਾ ਦੀ ਕਿਤਾਬ ਹੈ, ਅੱਲਾ ਦੀ ਕਿਤਾਬ ਹੈ। ਐ ਇਨਸਾਨ ਤੂੰ ਇਹਨੂੰ ਸਮਝ, ਇਹਨੂੰ ਵਿਚਾਰ, ਇਹਦੇ ਅਨੁਸਾਰ ਅਮਲ ਕਰ, ਤੇਰਾ ਭਲਾ ਹੋਵੇਗਾ। ਇਹ ਖੁਦਾ ਦਾ ਗਿਆਨ ਹੈ, ਇਹ ਪਰਮਾਤਮਾ ਦਾ ਗਿਆਨ ਹੈ। ਕਹਿੰਦੇ ਪਰ ਜਿਨ੍ਹਾਂ ਬੰਦਿਆਂ ਦੀ ਅਕਲ ਤੇ ਖੁਦਾ ਨੇ ਮੋਹਰ ਲਾ ਦਿੱਤੀ ਹੈ, ਸੀਲ ਕਰ ਦਿੱਤੀ ਹੈ,
ਜਿਨ੍ਹਾਂ ਦੀ ਜਿਨ੍ਹਾਂ ਦੇ ਕੰਨਾਂ ਤੇ ਅੱਖਾਂ ਤੇ ਪੱਟੀ ਬੰਨ ਦਿੱਤੀ ਹੈ, ਉਹ ਨਾਸਤਕ ਲੋਕ ਇਸ ਕਿਤਾਬ ਨੂੰ ਨਹੀਂ ਮੰਨਣਗੇ। ਦੂਜੇ ਕਿਸਮ ਦੇ ਬੰਦੇ ਨਾਸਤਕ ਲੋਕ ਇਸ ਕਿਤਾਬ ਨੂੰ ਨਹੀਂ ਮੰਨਣਗੇ, ਦਾ ਵਿਰੋਧ ਕਰਨਗੇ। ਉਹਨੇ ਆਖਿਆ ਸੁਣ ਲਓ ਐ ਮੋਮਨੋ, ਤੀਜੀ ਕਿਸਮ ਦੇ ਬੰਦੇ ਵੀ ਹੋਣਗੇ ਜਿਹੜੇ ਤੁਹਾਨੂੰ ਆਖਣਗੇ ਕਿ ਅਸੀਂ ਇਸ ਕਿਤਾਬ ਨੂੰ ਮੰਨਦੇ ਹਾਂ। ਸੂਰਤ ਅਲ ਬਕਰਾ ਦੀ ਤੀਜੀ ਪੰਕਤੀ ਜਾਂ ਪੈਰਾ ਹੈ, ਕਹਿੰਦੇ ਇਸ ਕਿਤਾਬ ਨੂੰ ਅਸੀਂ ਮੰਨਦੇ ਹਾਂ, ਪਰ ਉੱਧਰ ਜਾ ਕੇ ਸ਼ੈਤਾਨ ਨੂੰ ਕਹਿਣਗੇ ਅਸੀਂ ਉਸ ਕਿਤਾਬ ਨੂੰ ਕੋਈ ਨਹੀਂ ਮੰਨਦੇ, ਅਸੀਂ ਤੇ ਐਵੇਂ ਉਹਨਾਂ ਨਾਲ ਮਖੌਲ ਹੀ ਕਰਦੇ ਹਾਂ, ਅਸੀਂ ਸਾਧ ਸੰਗਤ ਜੀ ਆ ਤੀਜਿਆਂ ਵਿੱਚ ਖੜੇ ਹਾਂ, ਅਸੀਂ ਕਹਿ ਰਹੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਗੁਰੂ ਦਸਮ ਗ੍ਰੰਥ ਨੂੰ ਮੰਨਦੇ ਹਾਂ, ਪਰ ਜੇ ਸਾਨੂੰ ਕੋਈ ਪੁੱਛੇ ਤੁਸੀਂ ਪੜ੍ਹਿਆ ਪਾਠ ਕੀਤਾ ਬਾਣੀ ਜਪੀ ਹੈ, ਸਾਡੇ ਕੋਲ ਨੰਨਾ ਹੀ ਹੈ, ਹਾਂ ਤੇ ਕੋਈ ਨਹੀਂ, ਸਾਡੇ ਕੋਲ ਟਾਈਮ ਕੋਈ ਨਹੀਂ ਜੀ, ਸਾਡੇ ਕੋਲ ਸਾਨੂੰ ਪੜ੍ਹਨਾ ਆਉਂਦਾ ਨਹੀਂ ਜੀ, ਸਾਡੀਆਂ ਮਜਬੂਰੀਆਂ ਨੇ। ਸਾਧ ਸੰਗਤ ਜੀ ਅਸੀਂ ਗ੍ਰੰਥੀ ਸਿੰਘਾਂ ਦਾ ਇਹ ਜੁੰਮਾ ਸਮਝ ਲਿਆ ਵੀ ਉਹ ਪੜ੍ਹਨ, ਅਸੀਂ ਪੈਸੇ ਦੇ ਦਿਆਂਗੇ, ਪਾਠ ਦਾ ਫਲ ਸਾਨੂੰ ਮਿਲ ਜਾਏਗਾ। ਪਰ ਮਹਾਰਾਜ ਕਹਿੰਦੇ ਨਹੀਂ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰਾ ਤੂੰ ਰਾਖਿਆ। ਜੇ ਦੋ ਪੰਗਤੀਆਂ ਵੀ ਰੋਜ਼ ਪੜ੍ਹੋ ਤੇ ਸਾਰੀ ਜ਼ਿੰਦਗੀ 'ਚ ਬੜੀ ਬਾਣੀ ਪੜ੍ਹੀ ਜਾਂਦੀ ਹੈ, ਦੋ ਪੰਗਤੀਆਂ ਕੰਠ ਕਰੋ ਬੜੀ ਬਾਣੀ ਕੰਠ ਹੋ ਜਾਂਦੀ ਹੈ। ਬਾਬਾ ਰਾਮ ਸਿੰਘ ਜੀ ਨਾਮਧਾਰੀ ਦੀਆਂ ਚਿੱਠੀਆਂ ਪੜ੍ਹੀਆਂ ਨੇ, ਉਹ ਇੱਕ ਚਿੱਠੀ 'ਚ ਲਿਖਦੇ ਨੇ ਸਿੰਘੋ ਬਾਣੀ ਕੰਠ ਕਰਿਆ ਕਰੋ। ਇੱਕ ਕਹਿਣ ਲੱਗਾ ਮਹਾਰਾਜ ਮੈਨੂੰ ਬਾਣੀ ਕੰਠ ਨਹੀਂ ਹੁੰਦੀ, ਮੀਆਂ ਸਿੰਘ ਦਾ ਨਾਂ ਸੀ। ਬਾਬਾ ਰਾਮ ਸਿੰਘ ਜੀ ਕਹਿੰਦੇ ਮੀਆਂ ਸਿੰਘ ਤੈ ਜੋ ਆਖਦਾ ਹੈ ਬਾਣੀ ਕੰਠ ਨਹੀਂ ਹੁੰਦੀ, ਸੋ ਕਾਹੇ ਤੇ ਕੰਠ ਨਹੀਂ ਹੁੰਦੀ। ਜੇ ਦੋ ਪੰਗਤੀਆਂ ਵੀ ਦੋ ਅੱਖਰ ਵੀ ਰੋਜ਼ ਕੰਠ ਕਰੇ ਤਾਂ ਰੋਜ਼ ਬਹੁਤ ਬਾਣੀ ਕੰਠ ਹੋ ਜਾਂਦੀ ਹੈ। ਅਸੀਂ ਬਾਣੀ ਤੋਂ ਟੁੱਟੇ ਹੋਏ ਹਾਂ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵੀ ਲਾਏ। ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਆਦਿ ਤੇ ਦਸਮ ਦੀ ਬਾਣੀ ਸਤਿਕਾਰ ਯੋਗ ਹੈ, ਉਹੀ ਸਤਿਕਾਰ ਕਰਨਾ ਜਿਹੜਾ ਆਦਿ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਹਾਂ, ਦਸਮ ਦਾ ਵੀ ਉਸੇ ਤਰ੍ਹਾਂ ਕਰਨਾ। ਜਿਹੜਾ ਕੋਈ ਆ ਕੇ ਭੁਲੇਖੇ ਪਾਵੇ ਵੀ ਇਹਦੇ 'ਚ ਇਹ ਲਿਖਿਆ ਉਹ ਲਿਖਿਆ, ਸਾਧ ਸੰਗਤ ਜੀ ਉਹਨੂੰ ਕਹੋ ਵੀ ਤੂੰ ਪੜ੍ਹਿਆ, ਤੁਹਾਨੂੰ ਜਵਾਬ ਮਿਲੇਗਾ ਕੋਈ ਨਹੀਂ, ਜਿਹਨੇ ਪੜ੍ਹਿਆ ਨਹੀਂ ਉਹਦੀ ਗੱਲ ਕੀ ਮੰਨਣੀ ਹੋਈ। ਪੁੱਛੋ ਸੰਪਰਦਾਇ ਗਿਆਨੀਆਂ ਕੋਲੋਂ, ਪੁੱਛੋ ਨਿਹੰਗ ਸਿੰਘਾਂ ਕੋਲੋਂ ਜਿਨ੍ਹਾਂ ਨੇ ਦਸਮ ਗ੍ਰੰਥ ਪੜ੍ਹਿਆ ਹੋਇਆ, ਜਿਹਨੇ ਪੜ੍ਹਿਆ ਹੀ ਨਹੀਂ ਉਹਨੂੰ ਆਪਾਂ ਹੁਣ ਕੀ ਆਖੀਏ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਗੁਰੂ ਦਾ ਦਰਬਾਰ ਸੱਜਿਆ ਅਤੇ ਅੰਮ੍ਰਿਤ ਵੰਡਿਆ ਗਿਆ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ। ਉੱਥੇ ਤੋਂ ਭਾਵ ਹੈ ਉਸ ਥਾਂ 'ਤੇ ਸਾਧ ਸੰਗਤ ਵਿੱਚ, ਗੁਰੂ ਦੇ ਚਰਨਾਂ ਵਿੱਚ, ਗੁਰੂ ਨਾਨਕ ਦੇ ਘਰ ਵਿੱਚ ਅੰਮ੍ਰਿਤ ਵੰਡਿਆ ਜਾਂਦਾ ਹੈ। ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ, ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ। ਜਮ ਦੇ ਰਾਹ ਵਿੱਚ ਜੀਵਾਤਮਾ ਨਹੀਂ ਜਾਂਦੀ, ਮਰਨਾ ਜੰਮਣਾ ਨਹੀਂ ਹੁੰਦਾ। ਜਨਮ ਮਰਨ ਦਾ ਚੱਕਰ ਖਤਮ ਹੁੰਦਾ ਹੈ, ਜਮਾਂ ਦਾ ਡਰ ਮੁੱਕਦਾ ਹੈ। ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ, ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ। ਜਿਸਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ। ਜਿਨ੍ਹਾਂ ਨੂੰ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦਾ ਰਸ ਆਉਂਦਾ ਹੈ, ਵਾਹਿਗੁਰੂ 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 ਜਿਨ੍ਹਾਂ ਦੇ ਹਿਰਦੇ 'ਚ ਵੱਸਦਾ ਹੈ, ਉਹਨਾਂ ਦੀ ਮੁੜ ਕੇ ਵਿਰਤੂ ਨਹੀਂ ਹੁੰਦੀ।
ਫਿਰ ਨਾ ਹੀ ਮਰਨੇ। ਜਿਸਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ, ਉਸ ਅਜਰ ਨੂੰ ਉਹੀ ਜਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਉਸ ਬਖਸ਼ਿਸ਼ ਨੂੰ ਉਹ ਸਹਾਰਦੇ ਹਨ, ਉਸ ਆਨੰਦ ਵਿੱਚ ਰਹਿੰਦੇ ਹਨ। ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ, ਜਦੋਂ ਸਾਧੂ ਮਹਾਂਪੁਰਸ਼ ਨਾਮ ਰਸੀਏ ਪਰਮੇਸ਼ਰ ਦੀ ਬਾਣੀ ਗਾਉਂਦੇ ਹਨ, ਪੜ੍ਹਦੇ ਹਨ, ਵਿਚਾਰਦੇ ਹਨ, ਗੁਰਬਾਣੀ ਸੁਣਦੇ ਹਨ, ਉਸ ਵੇਲੇ ਅੰਮ੍ਰਿਤ ਦੇ ਝਰਨੇ ਚੱਲ ਪੈਂਦੇ ਹਨ, ਸੋਮੇ ਚੱਲ ਪੈਂਦੇ ਹਨ। ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ, ਗੁਰੂ ਮਹਾਰਾਜ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਇਹ ਨਾਨਕ ਦਾਸ ਜਿਉਂਦਾ ਹੈ। ਉਸ ਆਨੰਦ ਨੂੰ, ਉਸ ਦਰਸ਼ਨ ਦੇ ਸੁੱਖ ਨੂੰ ਆਪਣੇ ਮਨ ਵਿੱਚ ਵਸਾ ਲਿਆ। ਸੋ ਸਾਧ ਸੰਗਤ ਜੀ, ਇਹ ਬਾਣੀ ਦੀ ਪੌੜੀ ਜਿਹੜੀ ਆਪਾਂ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਸੁਣੀ ਹੈ, ਇਸ ਪੌੜੀ ਦੇ ਮੁਤਾਬਕ ਆਪਾਂ ਨੂੰ ਗੁਰੂ ਮਹਾਰਾਜ ਨੇ ਚਰਨਾਂ 'ਚ ਬੁਲਾ ਕੇ ਆਪਣਾ ਅੰਮ੍ਰਿਤ ਨਾਮ ਬਖਸ਼ਿਆ ਕੀਰਤਨ ਕਥਾ ਦੁਆਰਾ। ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਹੈ। ਹੁਣ ਜੋ ਲੜੀਵਾਰ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ, ਸਰਵਣ ਕਰੀਏ ਬੜੇ ਪ੍ਰੇਮ ਨਾਲ, ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਹਨ। ਆਪ ਵਿਚਾਰੈ ਸੋ ਪਰਖੇ ਹੀਰਾ। ਮਹਾਰਾਜ ਸਾਹਿਬ ਵਚਨ ਕਰਦੇ, ਜਿਹੜਾ ਆਪਣੇ ਆਪ ਨੂੰ ਵਿਚਾਰਦਾ ਹੈ, ਆਪਣੇ ਆਪ ਦਾ ਚਿੰਤਨ ਕਰਦਾ ਹੈ, ਆਪ ਮੈਂ ਕੌਣ ਹਾਂ। ਸਾਧ ਸੰਗਤ ਜੀ, ਗੁਰਬਾਣੀ ਦੂਸਰਿਆਂ ਦੇ ਧਿਆਨ ਦੇਣ ਦੀ ਗੱਲ ਨਹੀਂ ਕਰਦੀ, ਗੁਰਬਾਣੀ ਆਪਣੇ ਆਪ 'ਤੇ ਧਿਆਨ ਦੇਣ ਦਾ ਹੁਕਮ ਦਿੰਦੀ ਹੈ। ਆਪਣੇ ਆਪ ਨੂੰ ਵਿਚਾਰੇ, ਆਪਣੇ ਆਪ ਨੂੰ ਦੇਖੇ, ਆਪਣਾ ਦ੍ਰਿਸ਼ਟਾ ਆਪ ਬਣੇ। ਔਰ ਜਿੰਨੇ ਵੀ ਉੱਚ ਪੱਧਰ 'ਤੇ ਪਹੁੰਚੇ ਹੋਏ ਮਹਾਤਮਾ ਮਹਾਂਪੁਰਸ਼ ਹਨ, ਅਧਿਆਤਮ ਦੇ ਗਿਆਨੀ ਹਨ, ਉਹਨਾਂ ਦਾ ਸਾਰਿਆਂ ਦਾ ਇੱਕੋ ਹੀ ਮਤ ਹੈ। ਮੁਸਲਮਾਨ ਫਕੀਰ ਸਾਈਂ ਬੁੱਲੇ ਸ਼ਾਹ ਵੀ ਇਹ ਗੱਲ ਕਹਿੰਦੇ ਹੈ, ਬੁੱਲਾ ਕੀ ਜਾਣਾ ਮੈਂ ਕੌਣ, ਇਹ ਨਹੀਂ ਪਤਾ ਲੱਗ ਰਿਹਾ ਮੈਂ ਕੌਣ ਹਾਂ, ਮੈਂ ਕੀ ਹਾਂ, ਮੈਂ ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ। ਸਿੱਧ ਵੀ ਗੁਰੂ ਨਾਨਕ ਦੇਵ ਜੀ ਨੂੰ ਇਹ ਗੱਲ ਪੁੱਛਦੇ ਨੇ ਕਿ ਮਹਾਰਾਜ ਇਹ ਦੱਸੋ, ਕਹਾਂ 'ਤੇ ਆਵੈ, ਕਹਾਂ ਇਹ ਜਾਵੈ, ਕਹਾਂ ਇਹ ਰਹਿ ਸਮਾਈ, ਇਹ ਆਤਮਾ ਕਿੱਥੋਂ ਆਉਂਦੀ ਹੈ, ਇਹ ਆਤਮਾ ਕਿੱਥੇ ਜਾਂਦੀ ਹੈ, ਇਸ ਆਤਮਾ ਦੀ ਸਮਾਈ ਕਿੱਥੇ ਹੁੰਦੀ ਹੈ, ਇਹ ਕੀ ਹੈ। ਅੱਜ ਤੱਕ ਜਿੰਨੀ ਖੋਜ ਹੋਈ ਹੈ ਧਾਰਮਿਕ ਜਗਤ ਵਿੱਚ, ਅਧਿਆਤਮਿਕ ਜਗਤ ਵਿੱਚ, ਰਿਸ਼ੀਆਂ ਮੁਨੀਆਂ ਵੈਦਿਕ ਰਿਸ਼ੀਆਂ ਤੋਂ ਲੈ ਕਰਕੇ ਪੁਰਾਣਕ ਵਿਦਵਾਨਾਂ ਤੱਕ, ਔਰ ਮੁਸਲਮਾਨਾਂ ਦੇ ਔਰ ਈਸਾਈਆਂ ਦੇ ਜਿੰਨੇ ਧਰਮਾਂ ਦੇ ਪੈਗੰਬਰ ਪੀਰ ਹੋਏ ਨੇ, ਸਭ ਨੂੰ
ਇਹੀ ਸਵਾਲ ਸਤਾਉਂਦਾ ਰਿਹਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ। ਜਦੋਂ ਇਸ ਗੱਲ ਦੀ ਰਿਸਰਚ ਕਰਦੇ ਨੇ ਤਾਂ ਉਹ ਧਰਮ ਦੀ ਉਤਪਤੀ ਹੁੰਦੀ ਹੈ। ਧਰਮ ਦੀ ਸ਼ੁਰੂਆਤ ਇਸੇ ਗੱਲ ਤੋਂ ਹੁੰਦੀ ਹੈ, ਜਦੋਂ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਦੇਖਿਆ ਮਨੁੱਖ ਨੇ, ਉਹਨੇ ਖੋਜ ਕੀਤੀ, ਉਹਦੇ ਬਾਰੇ ਵੱਖਰੇ ਵੱਖਰੇ ਵਿਊ ਤੋਂ ਰਿਸਰਚ ਕੀਤੀ, ਭਾਵੇਂ ਬਹੁਤ ਘੱਟ ਬੰਦਿਆਂ ਨੂੰ ਸਹੀ ਗੱਲ ਦਾ ਪਤਾ ਲੱਗਿਆ, ਬਹੁਤੇ ਅਜੇ ਰੌਲੇ ਵਿੱਚ ਹੀ ਹਨ। ਜੇ ਕਹਿ ਲਈਏ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਉਹ ਗਿਆਨ ਸਾਨੂੰ ਮਿਲਦਾ ਹੈ, ਆਪਣੇ ਆਪ ਨੂੰ ਪਰਖਣ ਦਾ, ਆਪਣੇ ਆਪ ਨੂੰ ਦੇਖਣ ਦਾ, ਬਾਕੀ ਸੰਸਾਰ ਦੇ ਵਿੱਚ ਆਪਣੇ ਆਪਣੇ ਅੰਦਾਜ਼ੇ ਸਾਰੇ ਲਾਈ ਜਾਂਦੇ ਹਨ। ਮਹਾਰਾਜ ਕਹਿੰਦੇ ਆਪ ਵਿਚਾਰੇ, ਜਿਹੜਾ ਆਪਣੇ ਆਪ ਨੂੰ ਵਿਚਾਰਦਾ ਹੈ ਕਿ ਮੈਂ ਕੌਣ ਹਾਂ, ਸੋ ਪਰਖੇ ਹੀਰਾ, ਸਮਝੋ ਉਹ ਹੀਰੇ ਨੂੰ ਪਰਖ ਲੈਂਦਾ ਹੈ। ਇਸ ਸ਼ਬਦ ਦੀ ਜਿਹੜੀ ਰਹਾਉ ਦੀ ਪੰਕਤੀ ਹੈ, ਉਹ ਇਹ ਸਾਰੇ ਸ਼ਬਦ ਦਾ ਨਿਚੋੜ ਦੱਸਦੀ ਹੈ। ਐਸਾ ਸਾਹੋ ਸਰਾਫੀ ਕਰੇ, ਸਰਾਫੀ ਕਹਿੰਦੇ ਨੇ ਜਿਹੜੇ ਸਰਾਫ ਸੋਨੇ ਦਾ ਕੰਮ ਕਰਦੇ ਨੇ, ਹੀਰਿਆਂ ਮੋਤੀਆਂ ਦਾ ਕੰਮ ਕਰਦੇ ਨੇ, ਜੌਹਰੀ ਜਿਊਲਰ ਜਿਹੜੇ ਗਹਿਣੇ ਵੇਚਦੇ ਨੇ ਸੋਨੇ ਦੇ ਬਣਾ ਬਣਾ ਕੇ, ਉਹਨਾਂ ਨੂੰ ਸਰਾਫ ਕਹਿੰਦੇ ਨੇ। ਅੰਗਰੇਜ਼ੀ ਵਾਲੇ ਜਿਊਲਰ ਕਹਿੰਦੇ ਨੇ, ਜਿਊਲਰੀ ਜੋ ਵੇਚਦੇ ਨੇ। ਪਰ ਜਿਹੜਾ ਸਾਡੇ ਦੇਸ਼ ਵਿੱਚ, ਭਾਰਤ ਵਿੱਚ ਪ੍ਰਾਚੀਨ ਸ਼ਬਦ ਚੱਲਿਆ ਆ ਰਿਹਾ ਉਹ ਸਰਾਫ ਹੈ। ਜਿਵੇਂ ਇੱਥੇ ਜਿਊਲਰ ਮਾਰਕੀਟ ਹੈ, ਉੱਥੇ ਸਰਾਫਾ ਬਾਜ਼ਾਰ ਬਣੇ ਹੁੰਦੇ ਨੇ। ਸਰਾਫਾ ਬਾਜ਼ਾਰ ਦੇ ਵਿੱਚ ਸਰਾਫਾਂ ਦੀਆਂ ਦੁਕਾਨਾਂ ਹੁੰਦੀਆਂ ਨੇ, ਉਹ ਹੀਰੇ ਮੋਤੀਆਂ ਦੇ, ਰਤਨਾ ਪੰਨਿਆਂ ਦੇ, ਸੋਨੇ ਚਾਂਦੀ ਦੇ, ਮਹਿੰਗੀਆਂ ਚੀਜ਼ਾਂ ਦੇ ਵਪਾਰੀ ਹੁੰਦੇ ਨੇ। ਉਹਨਾਂ ਵਿੱਚੋਂ ਜਿਹੜੇ ਚੰਗੇ ਵੱਡੇ ਉੱਚੇ ਜੌਹਰੀ ਹੁੰਦੇ ਨੇ, ਸਰਾਫ ਹੁੰਦੇ ਨੇ, ਉਹਨਾਂ ਨੂੰ ਪਰਖ ਹੁੰਦੀ ਹੈ ਵੀ ਸੋਨਾ ਖਰਾ ਹੈ ਖੋਟਾ ਹੈ। ਜਿਹੜਾ ਰਤਨ, ਹੀਰਾ, ਮੋਤੀ, ਜਵਾਹਰਾਤ ਸਹੀ ਹੈ ਜਾਂ ਨਕਲੀ ਹੈ ਜਾਂ ਅਸਲੀ ਹੈ, ਉਹ ਸਾਰਾ ਅੰਦਾਜ਼ਾ ਲਾ ਲੈਂਦੇ ਨੇ। ਉਹਨਾਂ ਨੂੰ ਤਜਰਬਾ ਹੁੰਦਾ, ਉਹਨਾਂ ਦੀ ਪੜ੍ਹਾਈ ਹੁੰਦੀ ਹੈ, ਬਚਪਨ ਤੋਂ ਇਸੇ ਕੰਮ 'ਚ ਹੁੰਦੇ ਨੇ। ਮਹਾਰਾਜ ਕਹਿੰਦੇ ਐਸਾ ਸਾਹੋ ਸਰਾਫੀ ਕਰੇ, ਸਰਾਫ ਤਾਂ ਦੁਨੀਆ ਬਣੀ ਪਈ ਹੈ, ਹੀਰੇ ਮੋਤੀ ਪੱਥਰਾਂ ਨੂੰ ਪਰਖੀ ਜਾਂਦੇ ਨੇ, ਆਪਣੇ ਆਪ ਨੂੰ ਪਰਖਦੇ ਨੇ। ਜਦੋਂ ਗੁਰੂ ਨਾਨਕ ਦੇਵ ਜੀ ਬਿਸੰਬਰਪੁਰ ਪਟਨੇ ਦੀ ਧਰਤੀ 'ਤੇ ਪਹੁੰਚੇ, ਨਦੀ ਦੇ ਪਰਲੇ ਪਾਸਿਓਂ ਦੀ ਮਹਾਰਾਜ ਆਏ ਸਨ, ਜਿਹੜੀ ਗੰਗਾ ਨਦੀ ਹੈ, ਅਤੇ ਉਹਦੀ ਬਰੇਤੀ ਜਦੋਂ ਮਹਾਰਾਜ ਨੂੰ ਉੱਥੋਂ 2-4 ਮੀਲ ਜੰਗਲ 'ਚੋਂ ਆ ਰਹੇ ਸਨ, ਮਰਦਾਨਾ ਕਹਿੰਦਾ ਮਹਾਰਾਜ ਭੁੱਖ ਬੜੀ ਲੱਗੀ ਹੈ ਅਤੇ ਕੁਝ ਖਾਣ ਨੂੰ ਮਿਲ ਜਾਵੇ। ਮਹਾਰਾਜ ਕਹਿੰਦੇ ਮਰਦਾਨਿਆ, ਸਾਹਮਣੇ ਨਗਰੀ ਆ ਗਈ ਹੈ, ਤੈਨੂੰ ਲੈ ਚੱਲਦੇ ਹਾਂ, ਉੱਥੇ ਚੱਲ ਤੈਨੂੰ ਪਦਾਰਥ ਛਕਾਵਾਂਗੇ। ਕਹਿੰਦਾ ਉੱਥੇ ਤਾਂ ਜਾਇਆ ਹੀ ਨਹੀਂ ਜਾਣਾ, ਇਹ ਰਸਤੇ 'ਚ ਮਰ ਜਾਵਾਂਗਾ ਭੁੱਖ ਨਾਲ। ਮਹਾਰਾਜ ਕਹਿੰਦੇ ਹੌਂਸਲਾ ਰੱਖ, ਤੈਨੂੰ ਕੁਝ ਖਵਾਵਾਂ ਪਿਆਵਾਂਗੇ। ਹੌਂਸਲੇ ਨਾਲ ਮਹਾਰਾਜ ਉਹਨੂੰ ਲੈ ਆਏ ਅਤੇ ਜਦੋਂ ਨਦੀ ਦੇ ਕੰਢੇ 'ਤੇ ਪਹੁੰਚ ਗਏ ਬਰੇਤੀ 'ਚ, ਕਹਿੰਦੇ ਜਾ ਮਰਦਾਨਿਆ, ਸਾਹਮਣੇ ਨਗਰ ਹੈ, ਉੱਥੋਂ ਕੁਝ ਖਾ ਪੀ ਆ।
ਕਹਿੰਦਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਿ ਬਿਨਾਂ ਪੈਸੇ ਦੇ ਬਿਨਾਂ ਜਾਣ ਪਛਾਣ ਦੇ ਤਾਂ ਕੁਛ ਮਿਲਣਾ ਨਹੀਂ ਖਾਣ ਨੂੰ, ਜਾਂ ਤਾਂ ਜਾਣ ਪਛਾਣ ਹੋਵੇ ਤਾਂ ਕੋਈ ਖਾਣ ਨੂੰ ਦੇ ਦਿੰਦਾ ਵੀ ਚਲੋ ਜਾਣ ਪਛਾਣ ਦਾ ਬੰਦਾ ਖੈਰ ਨੂੰ ਖਵਾ ਦਿਓ, ਅਤੇ ਜਾਂ ਫਿਰ ਕੋਈ ਪੱਲੇ ਪੈਸੇ ਹੋਣ ਤਾਂ ਹੀ ਅਗਲਾ ਦੁਕਾਨਦਾਰ ਕੋਈ ਖਾਣ ਨੂੰ ਦਿੰਦਾ, ਫਰੀ ਵਿੱਚ ਤਾਂ ਕੋਈ ਨਹੀਂ ਖਾਣ ਨੂੰ ਦਿੰਦਾ। ਮਹਾਰਾਜ ਮੈਨੂੰ ਕੁਝ ਪੈਸੇ ਕੁਝ ਦਿਓ ਤਾਂ ਮੈਂ ਖਾ ਕੇ ਆਵਾਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਰੇਤ ਫਰੋਲੀ ਅਤੇ ਰੇਤ ਵਿੱਚੋਂ ਇੱਕ ਲਾਲ ਇੱਕ ਪੱਥਰ ਦਿੱਤਾ, ਕਹਿਣ ਲੱਗੇ ਇਹ ਲੈ ਜਾ ਅਤੇ ਖਾ ਪੀ ਆ। ਜਦੋਂ ਮਰਦਾਨਾ ਤੁਰਨ ਲੱਗਾ ਤਾਂ ਮਹਾਰਾਜ ਪਿੱਛੋਂ ਆਵਾਜ਼ ਮਾਰ ਕੇ ਕਹਿੰਦੇ ਮਰਦਾਨਿਆ ਇਹਨੂੰ ਵੇਚੀ ਨਾ, ਪਰ ਇਹਦਾ ਮੁੱਲ ਪਤਾ ਕਰੀ। ਮਰਦਾਨਾ ਤੁਰ ਪਿਆ, ਜੇ ਤਾਂ ਮਰਦਾਨਾ ਸਾਡੇ ਵਰਗਾ ਹੁੰਦਾ ਤਾਂ ਕਹਿੰਦਾ ਮਹਾਰਾਜ ਜੇ ਵੇਚਣਾ ਨਹੀਂ ਤਾਂ ਫਿਰ ਖਾਣਾ ਕਿੱਥੋਂ ਹੈ, ਜੇ ਤੁਸੀਂ ਕਹਿ ਰਹੇ ਹੋ ਵੀ ਵੇਚੀ ਨਾ ਤਾਂ ਵੇਚਣਾ ਤਾਂ ਮੈਂ ਮੁੱਲ ਹੀ ਪਤਾ ਕਰਨਾ ਤਾਂ ਫਿਰ ਮੈਂ ਕੀ ਖਾਣਾ। ਪਰ ਮਰਦਾਨਾ ਗੁਰੂ ਸਾਹਿਬ ਦਾ ਹਰ ਬਚਨ ਮੰਨਦਾ ਸੀ, ਗਿਆ ਉਸ ਪੱਥਰ ਨੂੰ ਲੈ ਕੇ। ਜਿਸ ਉਸ ਪੱਥਰ ਨੂੰ ਲੈ ਕੇ ਗਿਆ ਮਰਦਾਨਾ ਤਾਂ ਪਹਿਲਾਂ ਹੀ ਬਾਜ਼ਾਰ ਵਿੱਚ ਸਾਗ ਵੇਚਣ ਵਾਲੀ ਮਾਈ ਮਿਲੀ, ਜਿਹੜੀਆਂ ਸਬਜ਼ੀ ਦੀਆਂ ਰੇਹੜੀਆਂ ਲਾ ਕੇ ਉੱਥੇ ਪਟਨੇ ਸਾਹਿਬ ਮਾਈਆਂ ਬੈਠੀਆਂ ਹੁੰਦੀਆਂ। ਹੁਣ ਵੀ ਉਹ ਗਰੀਬ ਲੋਕ ਜਿਹੜੇ ਨੇ ਸਬਜ਼ੀ ਦੀਆਂ ਦੁਕਾਨਾਂ ਲਾਉਂਦੇ ਨੇ, ਰੇਹੜੀਆਂ 'ਤੇ ਆਲੂ ਗੋਭੀ ਟਮਾਟਰ ਮਟਰ ਗੰਢੇ ਪਿਆਜ਼ ਵੇਚਦੇ ਨੇ। ਉਹ ਸਾਗ ਵੇਚਣ ਵਾਲੀ ਨੂੰ ਕਰੂੰਜੜੇ ਨੂੰ ਕਹਿਣ ਲੱਗਾ ਮਰਦਾਨਾ ਵੀ ਇਹ ਮੇਰੇ ਕੋਲ ਪੱਥਰ ਹੈ ਲਾਲ ਹੈ ਇਹਦਾ ਕੀ ਮੁੱਲ ਦੇਵੇਂਗੀ। ਉਹ ਮਾਈ ਕਹਿੰਦੀ ਮੈਂ ਇਹਦੀ ਇੱਕ ਗੁੱਛੀ ਸਾਗ ਦੀ ਦੇ ਰਿਹਾ, ਇੱਕ ਗੁੱਛੀ ਸਾਗ ਲੈ ਜਾ ਹੋਰ ਕਿਹਦਾ ਕੀ ਦੇਣਾ। ਮਰਦਾਨਾ ਕਹਿੰਦਾ ਵੇਚਣਾ ਨਹੀਂ, ਦੂਸਰੀ ਦੁਕਾਨ 'ਤੇ ਚਲਾ ਗਿਆ। ਕਹਿੰਦਾ ਇਹ ਮੈਂ ਪੱਥਰ ਦਾ ਮੁੱਲ ਪਵਾਉਣਾ ਕੀ ਦਿਓਗੇ। ਉਹ ਦੁਕਾਨਦਾਰ ਕਹਿੰਦਾ ਇੱਕ ਰੁਪਈਆ। ਮਰਦਾਨਾ ਕਹਿੰਦਾ ਵੇਚਣਾ ਨਹੀਂ, ਅੱਗੇ ਚਲਾ ਗਿਆ। ਕਹਿੰਦਾ ਫਿਰ ਮੁੱਲ ਪੁੱਛਿਆ, ਦੂਸਰੇ ਨੇ 2 ਰੁਪਈਏ, ਕਿਸੇ ਨੇ 3, ਕਿਸੇ ਨੇ 4, ਕਿਸੇ ਨੇ 5। ਅੱਗੇ ਅੱਗੇ ਜਾਂਦਾ ਉਹਦਾ ਮੁੱਲ ਵਧੀ ਜਾਂਦਾ। ਜਦੋਂ ਸੈਂਕੜੇ ਰੁਪਈਏ ਤੱਕ ਗੱਲ ਪਹੁੰਚ ਗਈ, ਹਜ਼ਾਰਾਂ ਤਾਈਂ ਗੱਲ ਪਹੁੰਚ ਗਈ, ਮਰਦਾਨਾ ਹੈਰਾਨ ਹੋ ਰਿਹਾ ਵੀ ਇੱਕ ਤੋਂ ਬਾਅਦ ਇਹਦਾ ਮੁੱਲ ਵੱਧ ਜਾਂਦਾ ਹੈ, ਪਤਾ ਕਰੀਏ ਤਾਂ ਅਸਲੀ ਮੁੱਲ ਕੀ ਹੈ। ਮਰਦਾਨੇ ਨੇ ਉੱਥੇ ਪੁੱਛਿਆ ਵੀ ਕੋਈ ਤੁਹਾਡੇ ਸ਼ਹਿਰ ਵਿੱਚ ਕੋਈ ਚੰਗਾ ਜੌਹਰੀ ਕੋਈ ਸਿਆਣਾ ਜਿਹੜਾ ਹੀਰਿਆਂ ਮੋਤੀਆਂ ਦੀ ਸਹੀ ਮਾਇਨੇ 'ਚ ਪਰਖ ਕਰ ਸਕਦਾ ਉਹ ਕਿੱਥੇ ਹੈ। ਉਹਨਾਂ ਨੇ ਆਖਿਆ ਵੀ ਉਹ ਸਾਹਮਣੇ ਜਮਨ ਗੰਗਾ ਦੇ ਕੰਢੇ 'ਤੇ ਬੜੀ ਵੱਡੀ ਹਵੇਲੀ ਹੈ, ਬੜਾ ਵੱਡਾ ਘਰ ਹੈ, ਉਹਦਾ ਨਾਮ ਹੈ ਸਾਲਸਰਾਏ ਜੌਹਰੀ, ਉਹਦੇ ਕੋਲ ਚਲਾ ਜਾ। ਉਹ ਹੀਰਿਆਂ ਮੋਤੀਆਂ ਦਾ ਸੋਨੇ ਚਾਂਦੀ ਦਾ ਵੱਡਾ ਵਪਾਰੀ ਹੈ ਅਤੇ ਉਹਨੂੰ ਹੀਰਿਆਂ ਦੀ ਪਰਖ ਬੜੀ ਹੈ, ਉਹਨੂੰ ਜਾ ਕੇ ਤੂੰ ਆਪਣਾ ਲਾਲ ਦਿਖਾ ਦੇ। ਮਰਦਾਨਾ ਗਿਆ, ਜਾ ਕੇ ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੁੱਲ੍ਹਿਆ, ਅੰਦਰੋਂ ਜੌਹਰੀ ਦਾ ਨੌਕਰ ਅਦਰਕਾ ਨਿਕਲਿਆ। ਨੌਕਰ ਨੇ ਪੁੱਛਿਆ ਵੀ ਭਾਈ ਤੂੰ ਕੌਣ ਹੈ। ਉਹਨੇ ਆਖਿਆ ਮੈਂ ਪੰਜਾਬ ਦਾ ਰਹਿਣ ਵਾਲਾ,
ਮੇਰੇ ਨਾਲ ਇੱਕ ਮਹਾਂਪੁਰਸ਼ ਸੰਤ ਨੇ, ਗੁਰੂ ਨਾਨਕ ਦੇਵ ਜੀ ਬਾਹਰ ਬੈਠੇ ਨੇ, ਉਹਨਾਂ ਨੇ ਇੱਕ ਲਾਲ ਮੈਨੂੰ ਦਿੱਤਾ ਹੈ, ਮੈਂ ਇਹਦਾ ਮੁੱਲ ਪਵਾਉਣਾ ਹੈ ਅਤੇ ਜੌਹਰੀ ਸਾਹਿਬ ਨੂੰ ਮਿਲਣਾ ਹੈ। ਨੌਕਰ ਨੇ ਜਾ ਕੇ ਜੌਹਰੀ ਸਾਲਸਰਾਏ ਨੂੰ ਦੱਸਿਆ ਵੀ ਕੋਈ ਬੰਦਾ ਪੰਜਾਬੀ ਹੈ, ਉਹਦੇ ਕੋਲ ਇੱਕ ਪੱਥਰ ਹੈ, ਉਹ ਕਹਿੰਦਾ ਵੀ ਮੈਂ ਇਹਦਾ ਮੁੱਲ ਪਵਾਉਣਾ ਹੈ, ਕੋਈ ਲਾਲ ਹੈ ਕੀ ਹੈ ਤੁਸੀਂ ਜਾ ਕੇ ਦੇਖੋ। ਜਦੋਂ ਸਾਲਸਰਾਏ ਜੌਹਰੀ ਬਾਹਰ ਆਇਆ, ਉਹਨੇ ਉਹ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪੱਥਰ ਦਿੱਤਾ ਸੀ, ਲਾਲ ਦਿੱਤਾ ਸੀ, ਉਹਨੂੰ ਲੈ ਕੇ ਦੇਖਿਆ ਅਤੇ ਅੰਦਰ ਚਲਾ ਗਿਆ। ਅੰਦਰੋਂ ਲਿਆ ਕੇ 101 ਰੁਪਈਆ ਮਰਦਾਨੇ ਨੂੰ ਰੱਖ ਕੇ ਮੱਥਾ ਟੇਕਿਆ। ਕਹਿਣ ਲੱਗਾ, ਜੀ ਇਹ ਜਿਹੜਾ ਤੁਹਾਡੇ ਹੱਥ 'ਚ ਪੱਥਰ ਹੈ, ਇਹਦਾ ਮੁੱਲ ਕੋਈ ਨਹੀਂ ਪਾ ਸਕਦਾ, ਕੋਈ ਵੀ ਜੌਹਰੀ ਨਹੀਂ ਪਾ ਸਕਦਾ, ਇਹਦਾ ਮੁੱਲ ਜਿਹੜਾ ਹੈ ਕੋਈ ਦੱਸ ਨਹੀਂ ਸਕਦਾ ਕਿੰਨਾ ਕੁ ਹੈ। ਪਰ ਇਹਦਾ ਇਹ ਹੈ ਵੀ ਜਿਹੜਾ ਇਹਦੇ ਦਰਸ਼ਨ ਕਰੇ ਉਹਨੂੰ ਦਰਸ਼ਨਾਂ ਦੀ ਭੇਟਾ ਦੇਣੀ ਚਾਹੀਦੀ ਹੈ। ਸੋ ਮੈਂ 101 ਰੁਪਈਆ ਜਿਹੜਾ ਹੈ ਇਹ ਤੁਹਾਨੂੰ ਦੇ ਰਿਹਾ ਕਿ ਤੁਸੀਂ ਮੇਰੇ 'ਤੇ ਬੜੀ ਕਿਰਪਾ ਕੀਤੀ ਹੈ, ਮੈਨੂੰ ਇਹਦੇ ਦਰਸ਼ਨ ਕਰਾ ਤੇ। ਤੋ ਮੈਂ ਇਹ ਖਰੀਦ ਨਹੀਂ ਸਕਦਾ, ਇਹਦਾ ਮੁੱਲ ਮੈਂ ਦੇ ਨਹੀਂ ਸਕਦਾ, ਇਹਦਾ ਮੁੱਲ ਕੋਈ ਵੀ ਨਹੀਂ ਦੇ ਸਕਦਾ, ਅਤੇ ਤੁਸੀਂ ਇਹਨੂੰ ਲੈ ਜਾਓ ਅਤੇ 100 ਰੁਪਈਆ ਵੀ ਲੈ ਜਾਓ। ਮਰਦਾਨਾ 100 ਰੁਪਈਆ ਲੈ ਕੇ ਅਤੇ ਪੱਥਰ ਲੈ ਕੇ ਮਹਾਰਾਜ ਕੋਲ ਵਾਪਸ ਆ ਗਿਆ। ਗੁਰੂ ਨਾਨਕ ਦੇਵ ਜੀ ਨੂੰ ਆ ਕੇ ਕਹਿੰਦਾ, ਮਹਾਰਾਜ ਇਹ ਪੱਥਰ ਮੈਂ ਲੈ ਕੇ ਗਿਆ ਸੀ ਅਤੇ ਸਾਰੇ ਬਾਜ਼ਾਰ 'ਚ ਫਿਰਿਆ, ਕਿਸੇ ਨੇ ਤਾਂ ਕਿਹਾ ਵੀ ਸਾਗ ਦੀ ਗੁੱਛੀ ਲੈ ਜਾ, ਅਤੇ ਕੋਈ ਕਹਿੰਦਾ 1 ਰੁਪਈਆ ਲੈ ਜਾ, ਕੋਈ ਕਹਿੰਦਾ 2 ਲੈ ਜਾ, ਕੋਈ ਕਹਿੰਦਾ 5 ਲੈ ਜਾ, ਸੈਂਕੜਿਆਂ 'ਚ ਵੀ ਮੁੱਲ ਪਿਆ, ਹਜ਼ਾਰਾਂ 'ਚ ਵੀ ਮੁੱਲ ਪਿਆ, ਪਰ ਇੱਕ ਬੰਦਾ ਮਿਲਿਆ ਜੌਹਰੀ, ਉਹ ਕਹਿੰਦਾ ਵੀ ਇਹਦਾ ਮੁੱਲ ਕੋਈ ਹੈ ਹੀ ਨਹੀਂ। ਜਿਹੜਾ ਸਭ ਤੋਂ ਵੱਡਾ ਜੌਹਰੀ ਹੈ ਬਿਹਾਰ ਦਾ, ਉਹ ਸਾਲਸਰਾਏ ਜੌਹਰੀ ਕਹਿੰਦਾ ਵੀ ਇਹਦਾ ਤਾਂ ਮੁੱਲ ਹੈ ਹੀ ਕੋਈ ਨਹੀਂ। ਉਹ ਕਹਿੰਦਾ 101 ਰੁਪਈਆ ਦਰਸ਼ਨਾਂ ਦੀ ਭੇਟਾ ਲੈ ਜਾਓ। ਆਹ ਮਹਾਰਾਜ ਉਹਨੇ ਭੇਟਾ ਦਿੱਤੀ ਹੈ, ਆਹ ਤੁਸੀਂ ਪੈਸੇ ਸਾਂਭੋ ਅਤੇ ਆਪਣਾ ਲਾਲ ਸਾਂਭੋ। ਮਹਾਰਾਜ ਕਹਿੰਦੇ, ਮਰਦਾਨਿਆ ਆਪਾਂ ਜੇ ਵੇਚਣਾ ਹੀ ਨਹੀਂ ਤਾਂ ਆਪਾਂ ਇਹਦੀ ਭੇਟਾ ਕਿਉਂ ਲਈਏ? ਭੇਟਾ ਤਾਂ ਉਸ ਚੀਜ਼ ਦੀ ਲਈ ਦੀ ਹੈ ਜਿਹੜੀ ਕਿਸੇ ਨੂੰ ਆਪਾਂ ਵੇਚੀ ਹੋਵੇ। ਆਪਾਂ ਵੇਚਣੀ ਨਹੀਂ ਤਾਂ ਆਪਾਂ ਇਹਦੇ ਦਰਸ਼ਨਾਂ ਦਾ ਮੁੱਲ ਵੀ ਨਹੀਂ ਲੈਣਾ, ਅਤੇ ਤੂੰ ਇਹ 100 ਰੁਪਈਆ ਵਾਪਸ ਕਰਕੇ ਆ। ਮਰਦਾਨਾ ਫਿਰ ਗਿਆ, ਜਾ ਕੇ ਦਰਵਾਜ਼ਾ ਖੜਕਾਇਆ, ਜੌਹਰੀ ਨੂੰ ਕਹਿਣ ਲੱਗਾ ਵੀ ਜੌਹਰੀ ਜੀ, ਸਾਡੇ ਸੰਤ ਜੀ ਕਹਿੰਦੇ ਨੇ, ਗੁਰੂ ਜੀ ਕਹਿੰਦੇ ਨੇ ਵੀ ਇਹ ਅਸੀਂ ਪੈਸੇ ਜਿਹੜੇ ਲੈਣੇ ਨਹੀਂ, ਇਹ ਵਾਪਸ ਲੈਣੇ। ਉਹ ਕਹਿੰਦਾ ਵੀ ਜਿਹੜੀ ਚੀਜ਼ ਦਾਨ ਕਰ ਦਿੱਤੀ ਜਾਵੇ, ਭੇਟਾ ਕਰ ਦਿੱਤੀ ਜਾਵੇ, ਉਹ ਚੀਜ਼ ਵਾਪਸ ਨਹੀਂ ਲਈ ਦੀ। ਮੈਂ ਤਾਂ ਭੇਟਾ ਦੇ ਦਿੱਤੀ ਹੈ ਵੀ ਮੈਂ ਵਾਪਸ ਨਹੀਂ ਲੈਣੀ। ਮਰਦਾਨਾ ਫਿਰ ਲੈ ਕੇ ਗੁਰੂ ਸਾਹਿਬ ਕੋਲ ਆ ਗਿਆ, ਕਹਿੰਦਾ ਜੀ ਉਹ ਵਾਪਸ ਲੈਂਦਾ ਕੋਈ ਨਹੀਂ। ਮਹਾਰਾਜ ਕਹਿੰਦੇ, ਆਪਾਂ ਰੱਖਣੀ ਕੋਈ ਨਹੀਂ, ਤੂੰ ਵਾਪਸ ਦੇ ਕੇ ਆ। ਇਤਿਹਾਸ ਵਿੱਚ ਲਿਖਿਆ ਵੀ 7 ਵਾਰੀ ਮਰਦਾਨਾ ਉਹਦੇ ਘਰ ਗਿਆ ਅਤੇ 7 ਵਾਰੀ ਗੁਰੂ ਸਾਹਿਬ ਕੋਲ ਆਇਆ, ਗੁਰੂ ਸਾਹਿਬ ਭੇਟਾ ਰੱਖਦੇ ਨਹੀਂ, ਉਹ ਵਾਪਸ ਨਹੀਂ ਲੈਂਦਾ। ਮਰਦਾਨਾ ਕਹਿੰਦਾ, ਮਹਾਰਾਜ ਮੈਂ ਤਾਂ ਉੱਥੇ ਸੁੱਟ ਕੇ ਆ ਜਾਣੀ ਹਾਂ। ਉਹ ਜਦੋਂ ਮਰਦਾਨਾ 7ਵੀਂ ਵਾਰੀ ਗਿਆ ਤਾਂ ਉਹ ਸਾਲਸਰਾਏ ਜੌਹਰੀ ਬੜਾ ਹੈਰਾਨ ਹੋਇਆ
ਵੀ ਕਿਸੇ ਨੂੰ ਇੱਕ ਰੁਪਈਆ ਦੇ ਦੇਈਏ ਨਾ ਤਾਂ ਉਹ ਨਹੀਂ ਵਾਪਸ ਕਰਦਾ, ਕਿਸੇ ਨੂੰ ਪੰਜ ਪੈਸੇ ਵੀ ਮਿਲ ਜਾਣ ਉਹ ਕਹਿੰਦਾ ਚੱਲ ਆਉਣ ਦਿਓ, ਵਾਪਸ ਕੌਣ ਕਰਦਾ? ਇਹ ਕਿਹੋ ਜਿਹੇ ਸੰਤ ਨੇ ਵੀ 101 ਰੁਪਈਆ 7 ਵਾਰੀ ਵਾਪਸ ਭੇਜਿਆ? ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ। ਵੀ ਕੋਈ ਤਿਆਗੀ ਮਹਾਤਮਾ ਨੇ ਦਹੀਂ ਦਾ ਪੈਸੇ ਦਾ ਲਾਲਚ ਤਾਂ ਸਾਰੀ ਦੁਨੀਆ ਨੂੰ ਮਾਰ ਲੈਂਦਾ, ਭਾਵੇਂ ਕੋਈ ਸੰਤ ਫਕੀਰ ਵੀ ਹੈ ਉਹ ਵੀ ਕਹਿੰਦਾ ਵੀ ਚਲੋ 10-20 ਰੁਪਈਏ ਜੇਬ 'ਚ ਰੱਖੋ, ਰੋਟੀ ਪਾਣੀ ਖਾਣ ਨੂੰ ਕਿਤੇ ਔਖੇ ਵੇਲੇ ਕੰਮ ਆਉਣਗੇ, ਅਤੇ ਉਹ ਮੇਰੇ ਕੋਲ 100 ਰੁਪਈਆ ਲੈ ਨਹੀਂ ਰਹੇ, ਚੱਲ ਕੇ ਦਰਸ਼ਨ ਕਰੀਏ। ਤਾਂ ਸਾਧ ਸੰਗਤ ਜੀ, ਸਾਲ ਸਰਾਏ ਜੋਹਰੀ ਬੜੀਆਂ ਮਠਿਆਈਆਂ ਫਲ ਫਰੂਟ ਆਪਣੇ ਨੌਕਰਾਂ ਨੂੰ ਚੁਕਵਾ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਇਆ, ਗੁਰੂ ਨਾਨਕ ਸਾਹਿਬ ਨੂੰ ਆ ਕੇ ਮੱਥਾ ਟੇਕਿਆ, ਦਰਸ਼ਨ ਕੀਤੇ। ਕਹਿਣ ਲੱਗਾ ਮਹਾਰਾਜ ਤੁਹਾਨੂੰ ਮੈਂ ਭੇਟਾ ਭੇਜੀ ਅਤੇ ਗਰੀਬ ਨਿਵਾਸ ਜੀ ਤੁਸੀਂ ਉਹ ਭੇਟਾ ਕਿਉਂ ਨਹੀਂ ਅੰਗੀਕਾਰ ਕੀਤੀ? ਮਹਾਰਾਜ ਕਹਿੰਦੇ ਵੀ ਜੋਹਰੀ ਜਿਹੜੀ ਚੀਜ਼ ਵੇਚੀਏ ਉਹਦਾ ਮੁੱਲ ਲਈਦਾ, ਅਸੀਂ ਤਾਂ ਵੇਚੀ ਨਹੀਂ, ਤੈਨੂੰ ਮੁੱਲ ਪੁੱਛਣ ਵਾਸਤੇ ਭੇਜਿਆ ਸੀ। ਕਹਿੰਦਾ ਮਹਾਰਾਜ ਤੁਸੀਂ ਜਾਣੀ ਜਾਣੋ ਤੁਹਾਡੇ ਰਤਨ ਦਾ ਮੁੱਲ ਤਾਂ ਕੋਈ ਪਾ ਸਕਦਾ ਹੀ ਨਹੀਂ, ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਧੰਨ ਹੋ ਗਿਆ, ਕਿਰਪਾ ਕਰੋ ਮੇਰੇ ਘਰ ਚਰਨ ਪਾਓ ਅਤੇ ਮੇਰੀ ਹਵੇਲੀ ਨੂੰ ਭਾਗ ਲਾਓ ਅਤੇ ਮੇਰੀ ਹਵੇਲੀ ਵਿੱਚ ਹੀ ਰਹੋ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਤੇਰੀ ਹਵੇਲੀ ਨੂੰ ਭਾਗ ਲੱਗਣਗੇ, ਸਮਾਂ ਆਵੇਗਾ ਜਿਹੜਾ ਸਾਡਾ ਦਸਵਾਂ ਜਾਮਾ ਹੋਵੇਗਾ ਉਹ ਤੇਰੀ ਹਵੇਲੀ 'ਚ ਜਨਮ ਲਵੇਗਾ, ਅਵਤਾਰ ਧਾਰੇਗਾ। ਉਹ ਜਿਹੜੀ ਜਿੱਥੇ ਅੱਜ ਕੱਲ੍ਹ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ ਨਾ, ਉਹ ਸਾਲ ਸਰਾਏ ਦਾ ਘਰ ਸੀਗਾ, ਅਤੇ ਸਾਲ ਸਰਾਏ ਜੋਹਰੀ ਨੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਘਰ ਰਹੋ, ਅਤੇ ਮਹਾਰਾਜ ਨੇ ਆਖਿਆ ਵੀ ਦਸਵਾਂ ਜਾਮਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਰੂਪ 'ਚ ਆਵਾਂਗੇ ਤੇਰੇ ਘਰ ਜਨਮ ਲਵਾਂਗੇ ਉਸੇ ਜਗ੍ਹਾ 'ਤੇ। ਸਾਲ ਸਰਾਏ ਜੋਹਰੀ ਦਾ ਘਰ ਬਾਅਦ ਵਿੱਚ ਗੁਰਦੁਆਰਾ ਬਣਿਆ ਸੀ, ਧਰਮਸਾਲ ਬਣੀ ਸੀ ਜਿਹਨੂੰ ਜੋਹਰੀ ਦੀ ਸੰਗਤ ਕਹਿੰਦੇ ਸਨ, ਸਾਲ ਸਰਾਏ ਜੋਹਰੀ ਦਾ ਗੁਰਦੁਆਰਾ। ਉੱਥੇ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੀ 7ਵੀਂ 1723 ਬਿਕਰਮੀ 1666 ਈਸਵੀ ਨੂੰ ਅਵਤਾਰ ਧਾਰਿਆ। ਸੋ ਸਾਧ ਸੰਗਤ ਜੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਕੌਤਕ ਵਰਤਾਇਆ ਅਤੇ ਭਾਈ ਮਰਦਾਨੇ ਨੇ ਬਾਅਦ 'ਚ ਪੁੱਛਿਆ, ਕਹਿੰਦਾ ਮਹਾਰਾਜ ਮੈਨੂੰ ਇਹ ਸਮਝ ਨਹੀਂ ਆਈ ਵੀ ਇਹ ਜਿਹੜਾ ਤੁਸੀਂ ਮੈਨੂੰ ਪੱਥਰ ਦਿੱਤਾ ਸੀ ਇਹ ਪੱਥਰ ਕੀ ਚੀਜ਼ ਸੀ? ਵੀ ਇੱਕ ਤਾਂ ਇਹਦਾ ਮੁੱਲ ਪਾ ਰਿਹਾ ਸਾਗ ਦੀ ਗੁੱਛੀ, ਦੂਜਾ ਕਹਿੰਦਾ 1 ਰੁਪਈਆ, ਤੀਜਾ ਕਹਿੰਦਾ 2 ਰੁਪਈਏ, ਕੋਈ ਕਹਿੰਦਾ 5 ਰੁਪਈਏ, ਕੋਈ ਕਹਿੰਦਾ 10 ਲੈ ਜਾ, ਕੋਈ 50, ਕੋਈ 100, ਕੋਈ 1000, ਕੋਈ ਲੱਖਾਂ 'ਤੇ ਪਹੁੰਚ ਜਾਵੇ। ਅਤੇ ਇੱਕ ਬੰਦਾ ਕਹਿੰਦਾ ਵੀ ਇਹਦਾ ਮੁੱਲ ਹੈ ਹੀ ਕੋਈ ਨਹੀਂ, ਕਿਤੇ ਕੋਈ ਕੀਮਤ ਹੀ ਕੋਈ ਨਹੀਂ, ਇਹ ਮੈਨੂੰ ਸਮਝ ਨਹੀਂ ਆਈ ਵੀ ਇਹ ਕੀ ਚੀਜ਼ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ
ਇਹ ਕੋਈ ਪੱਥਰ, ਕੋਈ ਰਤਨ, ਕੋਈ ਹੀਰਾ ਨਹੀਂ ਸੀ। ਅਸਲ 'ਚ ਪਰਮਾਤਮਾ ਦਾ ਨਾਮ ਸੀ। ਇਸ ਪਰਮਾਤਮਾ ਦੇ ਨਾਮ ਦਾ ਲੋਕ ਮੁੱਲ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਜਿੰਨੀ ਜਿੰਨੀ ਉਹਨਾਂ ਦੀ ਔਕਾਤ ਹੁੰਦੀ ਹੈ, ਜਿੰਨੀ ਜਿੰਨੀ ਉਹਨਾਂ ਦੀ ਔਕਾਤ ਹੁੰਦੀ ਹੈ। ਉਹ ਕਹਿੰਦਾ ਮੈਂ ਖਰੀਦ ਲਵਾਂਗਾ ਸਾਗ ਦੀ ਗੁੱਛੀ ਨਾਲ, ਕੋਈ ਕਹਿੰਦਾ ਮੈਂ ਰੁਪਈਏ ਨਾਲ, ਕੋਈ ਕਹਿੰਦਾ ਮੈਂ ਦੋ ਨਾਲ, ਕੋਈ ਕਹਿੰਦਾ ਮੈਂ ਦਸਾਂ ਨਾਲ। ਪਰ ਅਸਲ 'ਚ ਗੱਲ ਇਹ ਹੈ ਵੀ ਇਹਦਾ ਮੁੱਲ ਹੈ ਕੋਈ ਨਹੀਂ, ਅਸਲ 'ਚ ਇਹਦਾ ਮੁੱਲ ਕੋਈ ਨਹੀਂ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਉਸ ਪਰਮਾਤਮਾ ਦਾ ਨਾਮ ਅਣਮੁੱਲਾ ਹੈ, ਕੋਈ ਕੀਮਤ ਨਹੀਂ ਜਾਣਦਾ। ਪਰ ਜਦੋਂ ਗੁਰੂ ਮਿਲ ਜਾਂਦਾ ਹੈ, ਸਿਆਣਾ ਮਿਲ ਜਾਂਦਾ ਹੈ, ਉਸ ਗੁਰੂ ਦੇ ਕੋਲ ਬੈਠ ਕੇ ਪਤਾ ਲੱਗਦਾ ਇਸ ਗੱਲ ਦਾ। ਜਿੰਨਾ ਚਿਰ ਗੁਰੂ ਨਹੀਂ ਮਿਲਦਾ, ਉਨਾ ਚਿਰ ਬੰਦੇ ਨੂੰ ਇਸ ਗੱਲ ਦੀ ਸੋਝ ਹੀ ਨਹੀਂ ਹੁੰਦੀ। ਤੋ ਗੁਰੂ ਨਾਨਕ ਦੇਵ ਜੀ ਇੱਥੇ ਕਹਿ ਰਹੇ, ਅਸਲ ਸਰਾਫ ਉਹ ਹੈ, ਅਸਲ ਜੋਹਰੀ ਉਹ ਹੈ, ਅਸਲ ਪਾਰਖੂ ਉਹ ਹੈ ਜਿਹੜਾ ਆਪਣੇ ਆਪ ਨੂੰ ਦੇਖ ਲਵੇ ਵੀ ਮੈਂ ਕੌਣ। ਅਸ ਆਪਣੀ ਆਤਮਾ 'ਚ ਦੇਖੋ, ਤੁਹਾਨੂੰ ਪਰਮਾਤਮਾ ਦਿਸੇਗਾ। ਜਿਸ ਜੋਤ ਕਰਕੇ ਸਰੀਰ ਤੁਰਿਆ ਫਿਰਦਾ ਹੈ, ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜੀਭ ਬੋਲਦੀ ਹੈ, ਪੈਰ ਤੁਰਦੇ ਨੇ, ਹੱਥ ਪਕੜਦੇ ਨੇ, ਸਾਰਾ ਸਰੀਰ ਤੁਰਿਆ ਫਿਰਦਾ ਹੈ, ਇਹ ਉਸ ਜੋਤ ਕਰਕੇ ਹੀ ਹੈ। ਜੇ ਜੋਤ ਵਿੱਚੋਂ ਨਿਕਲ ਜਾਵੇ ਤਾਂ ਮਿੱਟੀ ਦੀ ਢੇਰੀ ਬਣ ਜਾਂਦਾ ਹੈ, ਨਾ ਅੱਖਾਂ ਦੇਖ ਸਕਦੀਆਂ ਨੇ, ਨਾ ਕੰਨ ਸੁਣ ਸਕਦੇ ਨੇ, ਨਾ ਜ਼ੁਬਾਨ ਬੋਲ ਸਕਦੀ ਹੈ, ਨਾ ਪੈਰ ਤੁਰ ਸਕਦੇ ਨੇ। ਬੰਦੇ ਦਾ ਸਰੀਰ ਤਾਂ ਉਸ ਵਾਹਿਗੁਰੂ ਦੀ ਜੋਤ ਨਾਲ ਹੀ ਚੱਲਦਾ ਨਾ। ਜੇ ਉਸ ਜੋਤ ਨੂੰ ਤੁਸੀਂ ਦੇਖੋਗੇ, ਆਪਣੇ ਆਪ ਨੂੰ ਆਪਣੇ ਅੰਦਰ ਝਾਤੀ ਮਾਰੋਗੇ, ਪਰਮਾਤਮਾ ਦਿਸੇਗਾ। ਪਰਮਾਤਮਾ ਕਿਤੇ ਬਾਹਰੋਂ ਤੁਹਾਨੂੰ ਦਿਸ ਨਹੀਂ ਸਕਦਾ, ਪਰਮਾਤਮਾ ਤੁਹਾਨੂੰ ਆਪਣੀ ਆਤਮਾ 'ਚ ਦਿਸੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਆਪ ਵਿਚਾਰ ਹੈ ਸੋ ਪਰਖੇ ਹੀਰਾ, ਜਿਹੜਾ ਆਪਣੇ ਆਪ ਨੂੰ ਵੇਖ ਵਿਚਾਰ ਲੈਂਦਾ ਉਹ ਸਮਝੋ ਹੀਰੇ ਨੂੰ ਪਰਖ ਲੈਂਦਾ। ਹਾਂਜੀ, ਏਕ ਦ੍ਰਿਸ਼ਟ ਤਾਰੇ ਗੁਰ ਪੂਰਾ, ਪੂਰਾ ਗੁਰੂ ਮਿਲ ਜਾਵੇ ਕਿਸੇ ਬੰਦੇ ਨੂੰ, ਇੱਕ ਨਜ਼ਰ ਬੰਦੇ 'ਤੇ ਪਾ ਦੇਵੇ, ਇੱਕ ਦ੍ਰਿਸ਼ਟੀ ਨਾਲ ਹੀ ਤਾਰ ਦਿੰਦਾ। ਪੂਰਾ ਗੁਰੂ ਹੋਵੇ, ਉਹ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਸਿੱਖ ਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿੰਦਾ ਹੈ। ਹਾਂਜੀ, ਗੁਰ ਮਨ ਹੈ ਮਨ ਤੇ ਮਨ ਧੀਰਾ, ਜੇ ਕਿਸੇ ਸਿੱਖ ਉੱਤੇ ਗੁਰੂ ਦਾ ਮਨ ਮੰਨ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਤਾਂ ਸਿੱਖ ਦਾ ਮਨ ਧੀਰ ਜਵਾਨ ਹੋ ਜਾਂਦਾ, ਮਨ ਟਿਕ ਜਾਂਦਾ, ਨਹੀਂ ਤਾਂ ਮਨ ਟਿਕਦਾ ਨਹੀਂ। ਗੁਰੂ ਦੀ ਕਿਰਪਾ ਨਾਲ ਹੀ ਮਨ ਟਿਕਦਾ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਹਾਂਜੀ, ਐਸਾ ਸਾਹੂ ਸਰਾਫੀ ਕਰੈ, ਮਹਾਰਾਜ ਕਹਿੰਦੇ ਐਸਾ ਸਾਹੂ ਸਰਾਫੀ ਕਰੈ, ਇਹੋ ਜਿਹਾ ਸ਼ਾਹੂਕਾਰ ਹੋਵੇ, ਇਹੋ ਜਿਹਾ ਸਰਾਫ ਹੋਵੇ ਜਿਹੜਾ ਆਪਣੇ ਆਪ ਨੂੰ ਪਰਖੇ, ਆਪਣੇ ਆਪ ਨੂੰ ਦੇਖੇ। ਹਾਂਜੀ, ਸਾਚੀ ਨਦਰ ਏਕ ਲਿਵ ਤਰੈ, ਉਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਦੇ ਨਾਲ ਇੱਕ ਲਿਵ ਲੱਗ ਜਾਂਦੀ ਹੈ, ਜਿਹਦੇ ਨਾਲ ਜੀਵ ਤਰ ਜਾਂਦਾ ਹੈ। ਸੋ ਗੁਰੂ ਦੀ ਕਿਰਪਾ, ਪਰਮੇਸ਼ਰ ਦੀ ਕਿਰਪਾ ਬਹੁਤ ਜ਼ਰੂਰੀ ਹੈ। ਆਪਾਂ ਅਰਦਾਸ ਕਰੀਏ ਸਾਨੂੰ ਸਤਿਗੁਰੂ ਕਿਰਪਾ ਕਰਕੇ ਉਹ ਦਿਵ ਦ੍ਰਿਸ਼ਟੀ ਬਖਸ਼ਣ, ਫੁੱਲਾਂ ਚੁੱਕਾਂ ਦੀ ਖੀਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।